वाहेगुरु जी का खालसा, वाहेगुरु जी की फतेह। चढ़दी कला गुरबाणी टीवी वेख रहे सारे दर्शकों का स्वागत है प्रोग्राम गुरमत विचार दे विच। जिवें कि आप जी जानते हो कि इस प्रोग्राम के राही असी गुरबाणी, गुर इतिहास और गुरमत नाल संबंधित वख-वख विषय लैके आते हैं, जिन्हां ते विचार करते हैं साढ़े आए हुए विद्वान। अज का साडा विषय है गुरबाणी में हर प्रकार के नशे की मनाई और गुरबाणी के चानण में असी समाज को किवें नशा मुक्त बना सकते हैं। इस विषय से विचार करने लिए साढ़े नाल मौजूद ने भाई साहब भाई करतार सिंह जी साहो के बरनाला तो। सब तो पहले उन्हां दा स्वागत कर लेंदे हां। भाई साहब जी बहुत स्वागत है जी, वाहे खुशी होगी जो आप जी लाइव कॉलिंग करते हो अपना सवाल साढ़े आए हुए विद्वाना तो पुछते हो जी। भाई साहब जी असीं सब तो पहले हम गल करिए साडे विषय के अनुसार, जिवें कि मैं पहले ही कह दिता कि गुरबाणी में हर प्रकार के नशे की मनाई है, हुण आप जी गुरबाणी गुरमत विचार दे जिहड़े नाल इस ते चानणा पाओ, नशा करन वालियां बारे गुरबाणी की कहिंदी है? हाँ जी, नशा करन बारे गुरबाणी दे विच बड़ी सख्ती नाल हर प्रकार के नशे तो सतगुरु ने मना किया है जी। और नशा सतगुरु ने कहा जी करना है तो परमात्मा अकाल पुरख वाहिगुरु जी के नाम का करना है। दुनियावी नशे ने जिहड़े एक कुछ समय वास्ते हुंदे ने, इन्हां दा नशा जिहड़ा खत्म हो जाता है, असर खत्म हो जाता है, पर गुरबाणी अमृत रस जिहड़ा है उहदा नशा हमेशा वास्ते रहिंदा है। इस करके सतगुरु जी कहिंदे ने नशा सानू हमेशा वो करना चाहिए, जिस नशे नू पीण दे नाल मनुख अपना आपा खो बैठदा है, अपनी मत गवा लैंदा है, अपने प्रायां नू भी नहीं पहचानदा, अपने नू नहीं पहचानदा। जिदां अज दे समें मुताबक असीं अनेकां घटनावां पढ़दे हां सुणदे हां, नशे दे लई अपने माँ बाप नू मार दित्ता जांदा है। बख्शिश करदे ने बाबा कबीर साहब जी दा, बख्शिश करदी है उन्होंने कहा है, कबीर भांग माछली शुरा पन जो जो प्राणी खाहे, तीर्थ वरत नेम किए ते सभ रसातल जाहे। ਤਾਂ ਸਤਿਗੁਰੂ ਜੀ ਹਰ ਪ੍ਰਕਾਰ ਦੇ ਨਸ਼ੇ ਤੋਂ ਸਾਨੂੰ ਵਰਜਦੇ ਨੇ। ਨਸ਼ਾ ਕੋਈ ਵੀ ਸਰੀਰ ਨੂੰ ਪਵਿੱਤਰ ਨਹੀਂ ਕਰਦਾ, ਜਿਵੇਂ ਇਤਿਹਾਸ ਦੀਆਂ ਅਨੇਕਾਂ ਘਟਨਾਵਾਂ ਅਸੀਂ ਪੜ੍ਹਦੇ ਹਾਂ। ਹਰਿਮੰਦਰ ਸਾਹਿਬ ਦੀ ਘਟਨਾ ਇੱਕ ਪ੍ਰਮੁੱਖ ਮੈਂ ਜ਼ਿਕਰ ਕਰਨਾ ਚਾਹਾਂਗਾ ਜੀ। ਜਦੋਂ ਅਸੀਂ ਦਰਬਾਰ ਸਾਹਿਬ ਦਾ ਜ਼ਿਕਰ ਕਰਦੇ ਹਾਂ, ਅਸੀਂ ਜ਼ਿਕਰ ਕਰਦੇ ਹਾਂ ਕਿ ਮੱਸੇ ਰੰਗੜ ਦੁਆਰਾ ਉੱਥੇ ਸ਼ਰਾਬਾਂ ਪੀਤੀਆਂ ਗਈਆਂ, ਕੁਕਰਮ ਕੀਤੇ ਗਏ, ਗੁਰੂ ਕੇ ਸਿੱਖਾਂ ਦਾ ਖੂਨ ਖੋਲਿਆ ਅਤੇ ਗੁਰੂ ਕੇ ਸਿੱਖਾਂ ਨੇ ਉਸ ਬੇਅਦਬੀ ਦਾ ਬਾਅਦ ਵਿੱਚ ਜਾ ਕੇ ਉਹਨਾਂ ਕੋਲੋਂ ਬਦਲਾ ਵੀ ਲਿਆ। ਤਾਂ ਸਤਿਗੁਰੂ ਨੇ ਕਿਤੇ ਪਾਵਨ ਬਾਣੀ ਅੰਦਰ ਇਸ ਸਰੀਰ ਨੂੰ ਹਰਿਮੰਦਰ ਕਿਹਾ, ਹਰ ਮੰਦਰ ਇਹ ਸਰੀਰ ਹੈ। ਚਲੋ ਉਸ ਹਰਿਮੰਦਰ ਦੀ ਬੇਅਦਬੀ ਹੋਈ, ਗੁਰੂ ਕੇ ਯੋਧਿਆਂ ਨੇ ਉਹਦਾ ਬਦਲਾ ਲਿਆ, ਪਰ ਜਿਹੜੀ ਇਸ ਹਰਿਮੰਦਰ ਵਿੱਚ ਅਸੀਂ ਨਸ਼ੇ ਪਾ ਰਹੇ ਹਾਂ, ਇਹਨਾਂ ਦਾ ਬਦਲਾ ਕੌਣ ਲਏਗਾ ਜੀ? ਸਾਨੂੰ ਸੋਚਣ ਦੀ ਲੋੜ ਹੈ, ਅਸੀਂ ਉਹਨਾਂ ਤੋਂ ਬਦਲਾ ਲਿਆ ਕਿਉਂਕਿ ਸਾਡੇ ਗੁਰਧਾਮਾਂ ਦੀ ਬੇਅਦਬੀ ਕੀਤੀ ਹੈ। ਸਤਿਗੁਰੂ ਦੀ ਬਾਣੀ ਕਹਿੰਦੀ ਇਹ ਸਰੀਰ ਵੀ ਹਰਿਮੰਦਰ ਹੈ, ਇਹਦੇ ਵਿੱਚੋਂ ਅਕਾਲ ਪੁਰਖ ਮਾਲਕ ਨੂੰ ਖੋਜਣਾ ਜੀ। ਜੀ ਹਰਿਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਗਿਆਨ ਰਤਨ ਪ੍ਰਗਟ ਹੋਏ, ਬਿਲਕੁਲ ਜੀ। ਇਹਦੇ ਅੰਦਰ ਗਿਆਨ ਰਤਨ ਪ੍ਰਗਟ ਹੋਣੇ ਆ, ਅਸੀਂ ਵੱਖ ਵੱਖ ਚੀਜ਼ਾਂ ਜੋ ਗੰਦਗੀ ਦੇ ਅੰਦਰ ਪਾ ਰਹੇ ਹਾਂ, ਕਿੰਨੇ ਪ੍ਰਕਾਰ ਦੇ ਨਸ਼ੇ ਆ ਗਏ ਨੇ। ਸੋ ਸਾਰੇ ਨਸ਼ੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਮਨੁੱਖ ਨੂੰ ਨਹੀਂ ਕਰਨੇ ਚਾਹੀਦੇ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਮ ਦਾ ਨਸ਼ਾ ਕਰਨਾ ਚਾਹੀਦਾ, ਜੋ ਨਸ਼ਾ ਹਮੇਸ਼ਾ ਵਾਸਤੇ ਰਹਿੰਦਾ, ਸਦੀਵੀ ਰਹਿੰਦਾ, ਜੋ ਨਸ਼ਾ ਕਦੀ ਖਤਮ ਨਹੀਂ ਹੁੰਦਾ ਜੀ। ਭਾਈ ਸਾਹਿਬ ਤੁਹਾਡੇ ਅਕੋਰਡਿੰਗ ਨਸ਼ਾ ਕੀਤਾ ਕਿਉਂ ਜਾਂਦਾ ਹੈ? ਇਹਦੇ ਬਹੁਤ ਸਾਰੇ ਕਾਰਨ ਨੇ ਜੀ। ਜੇ ਥੋੜ੍ਹਾ ਜਿਹਾ ਅਸੀਂ ਪਿਛੋਕੜ 'ਤੇ ਝਾਤ ਮਾਰਦੇ ਹਾਂ, ਪੁਰਾਣੇ ਸਮਿਆਂ ਅੰਦਰ ਕੁਝ ਕੁ ਨਸ਼ੇ ਕਾਫੀ ਫੇਮਸ ਸੀ, ਜਿਵੇਂ ਅਸੀਂ ਗੱਲ ਕਰਦੇ ਹਾਂ ਅਫੀਮ ਜਾਂ ਪੋਸਤ, ਦੋ ਨਸ਼ੇ ਖਾਸ ਕਰਕੇ ਸਨ। ਔਰ ਉਸ ਸਮੇਂ ਨਸ਼ੇ ਕਰਨ ਦਾ ਕਾਰਨ ਇਹੋ ਸੀ, ਉਸ ਸਮੇਂ ਪੰਜਾਬੀਆਂ ਨੂੰ ਨਹੀਂ ਸੀ ਪਤਾ ਕਿ ਅਸੀਂ ਅੱਜ ਜਿਹੜੇ ਰਾਹੇ ਤੁਰੇ ਹਾਂ, ਇਹ ਰਾਹ ਸਾਨੂੰ ਸਿਵਿਆਂ ਦੇ ਵੱਲ ਲੈ ਕੇ ਜਾ ਰਹੇ ਆ। ਉਸ ਵੇਲੇ ਅਗਿਆਨਤਾ ਕਰਕੇ, ਉਸ ਕਰਕੇ ਨਸ਼ੇ ਕਰ ਲਏ ਜਾਂਦੇ ਸੀ। ਪੁਰਾਣੇ ਸਮਿਆਂ ਅੰਦਰ ਖੇਤੀ ਕਰਦਿਆਂ, ਵਾਢੀ ਵੱਢਦਿਆਂ ਪੋਸਤ ਭਿਉਂ ਲੈਣਾ, ਬਾਅਦ ਵਿੱਚ ਖਾ ਲੈਣਾ, ਉਹ ਥੋੜ੍ਹੀ ਫੀਮ ਖਾ ਲੈਣੀ, ਅਤੇ ਹੌਲੀ ਹੌਲੀ ਇਹ ਰੁਝਾਨ ਇੰਨਾ ਵੱਧਦਾ ਗਿਆ, ਇੰਨਾ ਵੱਧਦਾ ਗਿਆ ਕਿ ਅੱਜ ਨਸ਼ਿਆਂ ਦੀ ਜਿਹੜੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅੱਜ ਕਿੰਨੇ ਨਸ਼ੇ ਪੰਜਾਬ ਦੇ ਵਿੱਚ ਵੱਧ ਚੁੱਕੇ ਨੇ, ਤੁਸੀਂ ਇਸ ਗੱਲ ਤੋਂ ਪਲੀ ਭਾਂਤ ਜਾਣੂ ਹੋ ਜੀ। ਜਿਵੇਂ ਆਪ ਜੀ ਨੇ ਕਿਹਾ ਕਿ ਅਗਿਆਨਤਾ ਦੇ ਵੱਸ ਜਿਹੜੇ ਨਸ਼ਾ ਕੀਤਾ ਜਾਂਦਾ ਸੀ, ਪਰ ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਜਿੰਨੀਆਂ ਚਿੰਤਾਵਾਂ, ਫਿਕਰਾਂ, ਟੈਨਸ਼ਨਾਂ, ਡਿਪਰੈਸ਼ਨ, ਵਰਕਲੋਡ, ਉਹਦੇ ਕਰਕੇ ਜਿਹੜੇ ਹੈ ਭੁਲਾਉਣ ਵਾਸਤੇ ਨਸ਼ੇ ਦੀ ਵਰਤੋਂ ਕਰਦੇ ਨੇ। ਬਹੁਤ ਵੱਡਾ ਰੋਲ ਇਹਦੇ ਵਿੱਚ ਹੈ ਜੀ, ਅਗਿਆਨਤਾ ਸਭ ਤੋਂ ਵੱਡਾ ਰੋਲ ਹੈ। ਉਸ ਤੋਂ ਬਾਅਦ ਸਾਡੇ ਦੇਸ਼ ਅੰਦਰ ਬੇਰੁਜ਼ਗਾਰੀ, ਨੌਜਵਾਨ ਕਿਰਾਏ ਪੈ ਚੁੱਕਿਆ, ਉਹਨੂੰ ਨਹੀਂ ਸਮਝ ਆ ਰਹੀ ਕਿ ਉਹ ਕਿੱਥੇ ਜਾਵੇ, ਕੀ ਕਰੇ। ਪੜ੍ਹਨ ਲਿਖਣ ਤੋਂ ਬਾਅਦ ਸਾਡਾ ਸਿਸਟਮ ਇੱਦਾਂ ਦਾ ਹੈ, ਕੋਈ ਢੰਗ ਨਾਲ ਜੌਬ ਵਗੈਰਾ ਨਹੀਂ ਮਿਲਦੀ ਇੱਥੇ,
ਬੜਾ ਸਿਸਟਮ ਦੇ ਵਿੱਚ ਗੜਬੜ ਹੈ। ਫਿਰ ਨੌਜਵਾਨ ਡਿਪਰੈਸ਼ਨ ਵਿੱਚ ਆ ਜਾਂਦੇ ਆ, ਤੁਸੀਂ ਹੌਸਪੀਟਲਾਂ ਵਿੱਚ ਜਾਓ ਤੁਹਾਨੂੰ ਸਭ ਤੋਂ ਜ਼ਿਆਦਾ ਉੱਥੇ ਡਿਪਰੈਸ਼ਨ ਦੇ ਸ਼ਿਕਾਰ ਲੋਕ ਮਿਲਣਗੇ। ਮਤਲਬ ਮਾਨਸਿਕ ਤੌਰ 'ਤੇ ਜਿਹੜੇ ਪਰੇਸ਼ਾਨ ਹੋ ਗਏ ਨੇ, ਆਪਣੀਆਂ ਦੁਨਿਆਵੀ ਟੈਨਸ਼ਨਾਂ ਤੋਂ ਪਰੇਸ਼ਾਨ ਹੋਏ ਹੋਏ ਨੇ, ਉਹ ਸਾਰੇ ਤੁਹਾਨੂੰ ਡਿਪਰੈਸ਼ਨ ਦੇ ਸ਼ਿਕਾਰ ਮਰੀਜ਼ ਹੌਸਪੀਟਲਾਂ ਦੇ ਵਿੱਚ ਆਮ ਮਿਲਦੇ ਆ। ਜਿਹੜੇ ਕਹਿੰਦੇ ਵੀ ਅਸੀਂ ਇਸ ਕਰਕੇ ਨਸ਼ਾ ਕਰਨ ਲੱਗ ਪਏ, ਥੋੜ੍ਹੇ ਥੋੜ੍ਹੇ ਤੋਂ ਤੁਰਦਾ ਤੁਰਦਾ ਮਨੁੱਖ ਅੱਗੇ ਵੱਧਦਾ ਗਿਆ, ਅੱਗੇ ਵੱਧਦਾ ਗਿਆ, ਅੱਜ ਇਸ ਨਸ਼ੇ ਨੇ ਕਿੰਨਿਆਂ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ ਆ। ਇਹ ਗੱਲ ਅਸੀਂ ਭਲੀ ਭਾਂਤ ਜਾਣਦੇ ਹਾਂ, ਅਖਬਾਰਾਂ ਟੈਲੀਵਿਜ਼ਨਾਂ ਰਾਹੀਂ ਹਰ ਰੋਜ਼ ਸਾਡੇ ਸਾਹਮਣੇ ਕਿੰਨਾ ਕੁਛ ਸ਼ੋਅ ਹੁੰਦਾ, ਅਸੀਂ ਦੇਖਦੇ ਰਹਿੰਦੇ ਹਾਂ। ਇਸ ਕਰਕੇ ਸਤਿਗੁਰੂ ਦੀ ਬਾਣੀ ਮਨੁੱਖ ਨੂੰ ਗੁਰਬਾਣੀ ਚੰਗਾ ਸਿੱਧਾ ਰਸਤਾ ਦਿਖਾਉਂਦੀ ਹੈ, ਜੀਵਨ ਜਾਂਚ ਸਿਖਾਉਂਦੀ ਸਤਿਗੁਰੂ ਦੀ ਬਾਣੀ, ਜੀਵਨ ਜਿਉਣਾ ਕਿਵੇਂ ਹੈ। ਤਾਂ ਇਸ ਕਰਕੇ ਗੁਰੂ ਦੇ ਬਾਣੀ 'ਤੇ ਲੜ ਲੱਗਣਾ ਚਾਹੀਦਾ ਮਨੁੱਖ ਨੂੰ, ਆਪਣੇ ਮਨ ਨੂੰ ਨਸ਼ਿਆਂ ਵਾਲੇ ਪਾਸਿਓਂ ਰੋਕ ਕੇ ਗੁਰਮਤ ਵਾਲੇ ਪਾਸੇ ਸਾਨੂੰ ਗੁਰੂ ਦੀ ਗੱਲ ਕਰਨੀ ਚਾਹੀਦੀ ਹੈ, ਗੁਰੂ ਦੇ ਕੋਲ ਬੈਠ ਕੇ ਗੁਰੂ ਨੂੰ ਸੁਣਨਾ ਚਾਹੀਦਾ, ਤਾਂ ਕਿ ਅਸੀਂ ਗਲਤ ਪਾਸਿਆਂ ਵਾਲੇ ਪਾਸਿਓਂ ਹਟ ਕੇ, ਨਸ਼ਿਆਂ ਵਾਲੇ ਪਾਸਿਓਂ ਹਟ ਕੇ ਸਿੱਧੇ ਰਸਤੇ ਗੁਰਬਾਣੀ ਦੇ ਰਸਤੇ ਤੁਰੀਏ। ਜੀ, ਜਿਵੇਂ ਤੁਸੀਂ ਕਿਹਾ ਸੀ ਕਿ ਗੁਰਬਾਣੀ ਅਤੇ ਪਰਮੇਸ਼ੁਰ ਦੇ ਪ੍ਰੇਮ ਦਾ ਨਸ਼ਾ ਕਰਨਾ ਚਾਹੀਦਾ, ਸੋ ਇਹ ਕਿੱਦਾਂ ਕੀਤਾ ਜਾ ਸਕਦਾ, ਕਿਸ ਪ੍ਰਕਾਰ ਆਪਣੀ ਸੁਰਤ ਨੂੰ ਇਹ ਅਮਲ ਲਾਇਆ ਜਾ ਸਕਦਾ ਕਿ ਅਸੀਂ ਗੁਰਬਾਣੀ ਬਿਨਾਂ ਨਾ ਬਚ ਸਕੀਏ, ਜਿਵੇਂ ਨਸ਼ੇ ਬਿਨਾਂ ਨੌਜਵਾਨ ਨਹੀਂ ਬਚਦੇ? ਹਾਂਜੀ, ਸਤਿਗੁਰੂ ਦੀ ਬਾਣੀ ਦਾ ਬੜਾ ਪਿਆਰਾ ਮੁੱਖ ਵਾਕ ਹੈ ਜੀ, ਦੁਰਮਤ ਮਤ ਜੋ ਪੀਵ ਤੇ ਬਿਖਲੀ ਪਤ ਕੰਬਲੀ, ਨਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਅਮਲੀ ਬਹੁਤ ਨੇ ਸੰਸਾਰ 'ਤੇ, ਸਤਿਗੁਰੂ ਕਹਿੰਦੇ ਨੇ ਸੱਚੇ ਅਮਲੀ ਮੰਨਣਾ ਜੀ। ਨਾਮ ਰਸਾਇਣ, ਨਾਮ ਰਸਾਇਣ ਸਤਿਗੁਰੂ ਜੀ ਕਹਿੰਦੇ ਨੇ, ਰਸ ਆਇਨ ਰਸਾਂ ਦਾ ਘਰ, ਮਾਲਕ ਜੀ ਦਾ ਨਾਮ ਰਸਾਂ ਦਾ ਘਰ ਹੈ। ਇਹ ਰਸ ਜਿਹੜੇ ਹੈਗੇ ਨੇ ਸਤਿਗੁਰੂ ਨੇ ਮੁਕੱਦਸ ਬਾਣੀ 'ਚ ਇੱਥੋਂ ਤੱਕ ਲਿਖਿਆ ਹੈ, ਜਦੋਂ ਸਤਿਗੁਰੂ ਜੀ ਦਾ ਪਿਆਰ ਰਸ ਮਨੁੱਖ ਨੂੰ ਆਉਣ ਲੱਗ ਜਾਏ ਨਾ, ਤਾਂ ਉਸ ਵੇਲੇ ਦੁਨਿਆਵੀ ਜਿਹੜੇ ਰਸ ਹੈਗੇ ਨੇ ਉਹ ਸਾਰੇ ਹੋਰ ਫਿੱਕੇ ਫਿੱਕੇ ਲੱਗਣ ਲੱਗ ਜਾਂਦੇ ਆ। ਮਹਾਰਾਜ ਕਹਿੰਦੇ ਨੇ ਉਹ ਰਸ ਆਵੈ ਇਹ ਰਸ ਨਹੀਂ ਪਾਵਾ, ਮਾਲਕ ਜੀ ਦੇ ਪਿਆਰ ਦਾ ਰਸ ਆ ਜਾਏ ਕਿਤੇ, ਦੁਨੀਆਂ ਵਾਲੇ ਰਸ ਫਿਰ ਬੜੇ ਫਿੱਕੇ ਫਿੱਕੇ ਲੱਗਣ ਲੱਗ ਜਾਂਦੇ ਆ, ਇਹਨਾਂ ਤੋਂ ਫਿਰ ਮਨੁੱਖ ਤੌਬਾ ਕਰ ਲੈਂਦਾ ਜੀ। ਜੇ ਕਿਸੇ ਨੌਜਵਾਨ ਨੇ ਇੱਧਰ ਤੁਰਨਾ ਹੋਵੇ ਤਾਂ ਕੀ ਆਪ ਜੀ ਉਪਦੇਸ਼ ਦੇਣਾ ਚਾਹੋਗੇ ਵੀ ਕਿਸ ਤਰ੍ਹਾਂ ਤੁਰਿਆ ਜਾ ਸਕਦਾ ਇਸ ਰਸਤੇ ਤੇ? ਬਿਲਕੁਲ, ਕਿਉਂਕਿ ਆਮ ਤੌਰ ਤੇ ਜਿਹੜਾ ਨਸ਼ਾ ਕਿਸੇ ਤੋਂ ਨਹੀਂ ਛਡਾਇਆ ਜਾਂਦਾ, ਬੜੇ ਐਸੇ ਐਗਜ਼ਾਮਪਲਸ ਨੇ ਕਿ ਜਦੋਂ ਕੋਈ ਸਿੱਖੀ ਵੱਲ ਆਉਂਦਾ, ਅੰਮ੍ਰਿਤਧਾਰੀ ਬਣਦਾ, ਗੁਰਬਾਣੀ ਪੜ੍ਹਦਾ, ਤਾਂ ਬੜੇ ਸਹਿਜ ਹੀ ਨਸ਼ੇ ਤੋਂ ਦੂਰ ਹੋ ਜਾਂਦਾ, ਇਹਦਾ ਕੀ ਕਾਰਨ ਹੈ? ਜੀ ਜੀ, ਸਤਿਗੁਰੂ ਦੀ ਮਤ ਬੜੀ ਪਿਆਰੀ ਹੈ, ਬੜੇ ਪਿਆਰੇ ਖਿਆਲਾਤ, ਬੜੇ ਪਿਆਰ ਨਾਲ ਸਤਿਗੁਰੂ ਸਮਝਾਉਂਦੇ ਨੇ, ਬੜੇ ਹੀ ਪਿਆਰ ਨਾਲ ਸਤਿਗੁਰੂ ਨੇ ਮਨ ਨੂੰ ਸੰਬੋਧਨ ਕੀਤਾ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਹੇ ਮੇਰੇ ਪਿਆਰੇ ਮਨ ਮਿੱਤਰਾ ਸੁਣ, ਆ ਜਿਹੜਾ ਜ਼ਿੰਦਗੀ ਦਾ ਸਮਾਂ ਹੈ ਨਾ, ਇਹ ਅਕਾਲ ਪੁਰਖ ਮਾਲਕ ਜੀ ਦੇ ਲੜ ਜ਼ਿੰਦਗੀ ਲਾਉਣੀ ਹੈ, ਵਿਅਰਥ ਨਹੀਂ ਗਵਾਉਣਾ। ਅੱਜ ਤੁਸੀਂ ਦੇਖੋ ਆਮ ਇੱਕ ਸ਼ਬਦ ਵਰਤਿਆ ਜਾਂਦਾ, ਤੁਸੀਂ ਸੱਥਾਂ ਵਿੱਚ ਜਾ ਕੇ ਕਿਸੇ ਨਾਲ ਗੱਲ ਕਰ ਲਓ, ਕਿਤੇ ਚਾਰ ਲੋਕ ਵਿਹਲੇ ਬੈਠੇ ਨੇ ਉਹਨਾਂ ਨਾਲ ਗੱਲ ਕਰਕੇ ਵੇਖੋ, ਤੁਸੀਂ ਉਹਨਾਂ ਨੂੰ ਪੁੱਛੋ ਕੀ ਕਰ ਰਹੇ ਹੋ, ਉਹਨਾਂ ਕੋਲ ਇੱਕ ਜਵਾਬ ਹੁੰਦਾ ਟਾਈਮ ਪਾਸ ਕਰ ਰਹੇ ਹਾਂ ਅਸੀਂ। ਇੱਕ ਬੜਾ ਵੱਡਾ ਸ਼ਬਦ ਹੈ ਸਾਡੇ ਅੰਦਰ ਟਾਈਮ ਪਾਸ। ਸਤਿਗੁਰੂ ਕਹਿੰਦੇ ਟਾਈਮ ਪਾਸ ਨਹੀਂ ਕਰਨਾ, ਸਤਿਗੁਰੂ ਜੀ ਕਹਿੰਦੇ ਟਾਈਮ ਸਫਲਾ ਕਰਨਾ। ਤਾਂ ਸਫਲਾ ਟਾਈਮ ਇੱਦਾਂ ਹੀ ਹੋ ਸਕਦਾ ਗੁਰਬਾਣੀ ਦੇ ਲੜ ਲੱਗ ਕੇ, ਸਤਿਗੁਰੂ ਜੀ ਦੀ ਮਤ ਗ੍ਰਹਿਣ ਕਰਕੇ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਣਿਆ। ਤਾਂ ਇਹ ਬਹੁਤ ਵੱਡਾ ਚਾਨਣ ਮੁਨਾਰਾ ਹੈ ਗੁਰਬਾਣੀ ਸਾਡੇ ਵਾਸਤੇ, ਬਹੁਤ ਵੱਡਾ ਗਿਆਨ ਦਾ ਰਤਨ ਹੈ, ਇਹਦੇ ਵਿੱਚੋਂ ਅਸੀਂ ਹੀਰੇ ਮੋਤੀ ਖੋਜ ਸਕਦੇ ਹਾਂ ਜੀ। ਵਿੱਚ ਭਾਈ ਸਾਹਿਬ ਸਵਾਲ ਲੈ ਲਈਏ, ਜਿਵੇਂ ਆਪਾਂ ਨੌਜਵਾਨੀ ਦੀ ਗੱਲ ਕਰ ਰਹੇ ਹਾਂ, ਤੁਸੀਂ ਵੀ ਨੌਜਵਾਨ ਹੋ ਜੀ, ਗੁਰਬਾਣੀ ਦੇ ਵੱਲ ਤੁਸੀਂ ਕਿਵੇਂ ਜੁੜੇ? ਗੁਰਬਾਣੀ ਦੇ ਵੱਲ ਪ੍ਰਚਾਰ ਕਰ ਰਹੇ ਹੋ ਬੜੇ ਸਾਲਾਂ ਤੋਂ ਜੀ। ਜੀ ਜੀ, ਇੱਕ ਛੋਟੀ ਜਿਹੀ ਘਟਨਾ ਦਾ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ, ਮੈਂ ਕਿੱਦਾਂ ਜੁੜਿਆ। 2008 ਦੇ ਵਿੱਚ ਮੈਂ ਦੁਬਈ ਦੇ ਵਿੱਚ ਸੀਗਾ, ਦੁਬਈ ਕੰਟਰੀ ਵਿੱਚ ਜੀ, ਅਤੇ ਮੈਂ ਇੱਕ ਸਕੈਫੋਲਡ 'ਤੇ ਖੜ੍ਹ ਕੇ ਕੰਮ ਕਰ ਰਿਹਾ ਸੀ, ਤਾਂ ਉੱਥੇ ਇੱਕ ਅੰਗਰੇਜ਼ ਇੰਜੀਨੀਅਰ ਆਉਂਦਾ, ਉਹਨੇ ਸਾਡੇ ਬਾਕੀ ਦੇ ਲੜਕਿਆਂ ਤੋਂ ਪੁੱਛਿਆ ਵੀ ਇੱਥੋਂ ਦਾ ਫੋਰਮੈਨ ਕੌਣ ਹੈ ਜੀ। ਉਹ ਕਹਿੰਦੇ ਫੋਰਮੈਨ ਉੱਪਰ ਹੈ, ਉਹਨਾਂ ਨੇ ਮੈਨੂੰ ਬੁਲਾਇਆ, ਉਹਨਾਂ ਨੇ ਮੈਨੂੰ ਨਾਮ ਪੁੱਛਿਆ ਮੇਰਾ, ਕਹਿੰਦੇ ਵਟਸ ਯੂਅਰ ਨੇਮ, ਮੈਂ ਉਹਨਾਂ ਨੂੰ ਨਾਮ ਦੱਸਿਆ ਆਪਣਾ, ਮਾਈ ਨੇਮ ਇਸ ਕਰਤਾਰ ਸਿੰਘ। ਬੜੀ ਹੈਰਾਨੀ ਨਾਲ ਉਹ ਪੁੱਛਦੇ ਨੇ, ਕਹਿੰਦੇ ਆਰ ਯੂ ਸਿੰਘ? ਮੈਂ ਉਹਨਾਂ ਨੂੰ ਕਿਹਾ ਯਾ ਆਫਕੋਰਸ। ਕਹਿੰਦੇ ਵੇਅਰ ਯੂਅਰ ਟਰਬਨ ਜੀ, ਤੁਹਾਡੀ ਦਸਤਾਰ ਕਿੱਥੇ ਹੈ? ਯੂ ਤੁਸੀਂ ਕਟਿੰਗ ਸੀ ਤੁਹਾਡੀ ਉਹ ਜੀ ਜੀ ਜੀ। ਉਹ ਕਹਿੰਦੇ ਯੂ ਲੁੱਕ ਲਾਈਕ ਸੇਮ ਦੀ ਸਾਲ ਗਾਈਸ, ਤੁਹਾਡੇ ਔਰ ਇਹਨਾਂ ਵਿੱਚ ਕੀ ਫਰਕ ਹੈ, ਤੁਸੀਂ ਆਪਣੇ ਆਪ ਨੂੰ ਸਿੰਘ ਕਿੱਦਾਂ ਕਹਿ ਰਹੇ ਹੋ ਜੀ। ਤਾਂ ਉਹ ਇੰਨੀ ਗੱਲ ਅੰਦਰ ਕਰ ਕੀਤੀ, ਮੇਰੇ ਸਿਸਟਰ ਵੀ ਉੱਥੇ ਹੀ ਨੇ ਦੁਬਈ ਦੇ ਵਿੱਚ ਜੀ। ਫਿਰ ਘਰ ਆਇਆ ਮੈਂ ਦੂਸਰੇ ਦਿਨ ਜੀਜਾ ਜੀ ਨਾਲ, ਫਿਰ ਜਿੱਦਾਂ ਦਾ ਵੀ ਘਰੇ ਪਰਨਾ ਪਿਆ ਸੀਗਾ, ਮੈਂ ਜਿੱਦਾਂ ਦਾ ਮੈਨੂੰ ਬੰਨਣਾ ਆਉਂਦਾ ਸੀਗਾ ਮੈਂ ਬੰਨ ਕੇ ਫਿਰ ਕੰਮ 'ਤੇ ਗਿਆ ਜੀ। ਤਾਂ ਇਸ ਗੱਲ ਨੇ ਮੇਰੇ ਅੰਦਰ ਨੂੰ ਇੰਨਾ ਕੁ ਕਰ ਗਈ ਕਿ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਸ ਪਾਸੇ ਵੱਲ ਨੂੰ ਤੁਰਦਿਆਂ ਤੁਰਦਿਆਂ ਮਾਲਕ ਨੇ ਕਿਰਪਾ ਕੀਤੀ ਹੈ, ਅੱਜ ਜਿੰਨੀ ਕੁ ਮਤ ਸਤਿਗੁਰੂ ਨੇ ਬਖਸ਼ੀ ਹੈ ਤੁਹਾਡੇ। ਤੁਸੀਂ ਪ੍ਰਚਾਰ ਕਰ ਰਹੇ ਹੋ, ਇਹ ਵਿੱਚ ਮੈਂ ਤਾਂ ਸਵਾਲ ਲਿਆ ਸੀ ਕਿਉਂ ਅਸੀਂ ਵਾਰ ਵਾਰ ਗੱਲ ਕਰ ਰਹੇ ਹਾਂ ਵੀ ਨੌਜਵਾਨ ਇੱਧਰ ਜੇ ਆਉਣ ਤਾਂ ਨਸ਼ਿਆਂ ਤੋਂ ਦੂਰ ਜਾ ਸਕਦੇ ਨੇ, ਤੇ ਗੱਲ ਤਾਂ ਇਹ ਕਿ ਸਾਡੀ ਜ਼ਮੀਰ ਜਾਗੇ, ਜਿਵੇਂ ਤੁਹਾਡੀ ਜ਼ਮੀਰ ਨੇ ਹਲੂਣਾ ਦਿੱਤਾ ਕਿ ਹਾਂਜੀ ਵੀ ਮੈਨੂੰ ਕਿਸੇ ਨੇ ਮਿਹਣਾ ਕਿਉਂ ਮਾਰ ਦਿੱਤਾ। ਤੇ ਆਮ ਤੌਰ ਤੇ ਅੱਜ ਕੱਲ੍ਹ ਤਾਂ ਜਿਵੇਂ ਅਸੀਂ ਯੂਨੀਵਰਸਿਟੀਆਂ 'ਚ ਦੇਖਦੇ ਹਾਂ, ਕਾਲਜਾਂ 'ਚ ਦੇਖਦੇ ਹਾਂ, ਹਾਂਜੀ ਬਹੁਤ ਘੱਟ ਹੁੰਦੇ ਨੇ ਜਿਹੜੇ ਦਸਤਾਰਧਾਰੀ ਨੌਜਵਾਨ ਹੁੰਦੇ ਨੇ, ਦਸਤਾਰਧਾਰੀ। ਬਾਕੀ ਦਸਤਾਰ ਨੂੰ ਗਲਤ ਰੰਗਤ ਦਿੱਤੀ ਗਈ ਹੈ, ਦਸਤਾਰ ਬੰਨਣ ਵਾਲਿਆਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤੀ ਗਈ, ਦਸਤਾਰ ਦਾ
ਗੀਤ ਗਾ ਦਿੱਤੇ ਨੇ, ਤੁਹਾਨੂੰ ਪਤਾ ਵੀ ਬਚ ਕੇ ਰਹੋ ਪੂਜਾ ਪੱਗਾਂ ਵਾਲੇ ਆ ਗਏ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਿਤੇ ਨਾ ਕਿਤੇ ਇਹ ਮੈਟਰ ਕਰਦੀਆਂ ਨੇ ਵੀ ਨੌਜਵਾਨ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਫੋਲੋ ਕਰਦੇ ਆ, ਗੁਰਬਾਣੀ ਨੂੰ ਘੱਟ ਫੋਲੋ ਕਰਦੇ ਆ, ਨਸ਼ਿਆਂ ਨੂੰ ਬਹੁਤ ਜ਼ਿਆਦਾ ਗੀਤਾਂ ਰਾਹੀਂ ਪ੍ਰਮੋਟ ਕੀਤਾ ਜਾਂਦਾ ਹੈ, ਮੀਡੀਆ ਰਾਹੀਂ ਪ੍ਰਮੋਟ ਕੀਤਾ ਜਾਂਦਾ। ਗੁਰਦਾਸ ਮਾਨ ਜੀ ਜਿਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ, ਉਹਨਾਂ ਨੇ ਵੀ ਇੱਕ ਗਾਣਾ ਗਾਇਆ, ਅੱਜ ਬੱਚਿਆਂ ਬੱਚਿਆਂ ਨੂੰ ਯਾਦ ਹੈ ਉਹ ਗਾਣਾ ਵੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ। ਤਾਂ ਬਹੁਤ ਸਾਰੇ ਗਾਣੇ, ਬਹੁਤ ਸਾਰਾ ਕੁਝ ਇੱਦਾਂ ਦਾ ਹੈ ਜਿਹੜਾ ਇਹਨਾਂ ਨਸ਼ਿਆਂ ਨੂੰ ਪ੍ਰਮੋਟ ਕਰਦਾ, ਨੌਜਵਾਨ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨ ਕੇ ਉਹਨਾਂ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਵਰਗੇ ਦਿਖਣ ਦੀ ਕੋਸ਼ਿਸ਼ ਕਰਦੇ ਆ, ਇਹ ਕਿਤੇ ਨਾ ਕਿਤੇ ਬਹੁਤ ਵੱਡਾ ਫੈਕਟ ਹੈ ਜੀ। ਹੁਣ ਆਪਣਾ ਵਿਸ਼ੇ ਵੱਲ ਆਈਏ ਭਾਈ ਸਾਹਿਬ, ਵੀ ਨਸ਼ਿਆਂ ਦਾ ਰੁਝਾਨ ਕੋਈ ਸ਼ੱਕ ਨਹੀਂ ਪੰਜਾਬ ਵਿੱਚ ਬਹੁਤ ਹੈ, ਬਹੁਤ ਸਾਰੀਆਂ ਮੌਤਾਂ ਹੋਈਆਂ ਬੀਤੇ ਦਿਨਾਂ ਦੇ ਵਿੱਚ। ਅਸੀਂ ਗੁਰਬਾਣੀ ਦੇ ਚਾਨਣ ਦੇ ਵਿੱਚ ਕਿਸ ਪ੍ਰਕਾਰ ਨਸ਼ਾ ਘਟਾਉਣ ਦੇ ਵਿੱਚ ਸਹਾਇਤਾ ਕਰ ਸਕਦੇ ਹਾਂ ਸਮਾਜ ਦੀ? ਹਾਂਜੀ, ਇਹਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਨੇ ਬਹੁਤ ਸੋਹਣੇ ਕਾਰਜ ਕਰ ਰਹੀਆਂ ਨੇ ਜੀ। ਅਸੀਂ ਹੁਣ ਤੋਂ ਲੈ ਕੇ ਬੱਚਿਆਂ ਨੂੰ ਸੰਭਾਲਣਾ ਸ਼ੁਰੂ ਕੀਤਾ ਹੈ, ਕੈਂਪ ਲਾਏ ਜਾ ਰਹੇ ਨੇ, ਬੱਚਿਆਂ ਨੂੰ ਗੁਰਮਤਿ ਪੜ੍ਹਾਈ ਜਾ ਰਹੀ ਹੈ, ਤੋਰਿਆ ਜਾ ਰਿਹਾ ਇਸ ਪਾਸੇ ਵੱਲ ਨੂੰ, ਕਿਉਂਕਿ ਕਹਿੰਦੇ ਹੁੰਦੇ ਨੇ ਜਿਸ ਵੇਲੇ ਬੂਟਾ ਛੋਟਾ ਹੁੰਦਾ ਹੈ ਨਾ, ਨਰਮ ਹੁੰਦਾ ਹੈ, ਉਹਨੂੰ ਪੇਂਦ ਕੀਤਾ ਜਾ ਸਕਦਾ ਹੈ, ਪਰ ਜਦੋਂ ਬੂਟਾ ਦਰਖਤ ਬਣ ਜਾਏ ਨਾ, ਉਹਨੂੰ ਪੇਂਦ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸੋ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਨਵੀਂ ਪਨੀਰੀ ਯੂਥ ਨੂੰ ਅਸੀਂ ਗੁਰਬਾਣੀ ਨਾਲ ਜੋੜੀਏ। ਬਹੁਤ ਹੱਦ ਤੱਕ ਬੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ, ਸਫਲ ਵੀ ਨੇ ਬਹੁਤ ਸਾਰੀਆਂ ਸੰਸਥਾਵਾਂ, ਸਾਡੀਆਂ ਵੀ ਸੰਸਥਾਵਾਂ ਕੁਝ ਕੰਮ ਕਰਦੀਆਂ ਨੇ, ਤਾਂ ਬੱਚਿਆਂ ਨੂੰ ਧਾਰਮਿਕ ਫਿਲਮਾਂ ਦਿਖਾਈਆਂ ਜਾਂਦੀਆਂ ਨੇ, ਉਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਂਦਾ, ਬਹੁਤ ਸਾਰਾ ਉਹਨਾਂ ਨੂੰ ਇੱਦਾਂ ਦਾ ਲਿਟਰੇਚਰ ਗੁਰਬਾਣੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਲੈਕਚਰ ਦਿੱਤੇ ਜਾਂਦੇ ਨੇ ਸਕੂਲਾਂ ਕਾਲਜਾਂ ਵਿੱਚ, ਅਸੀਂ ਅਕਸਰ ਜਾਂਦੇ ਰਹਿੰਦੇ ਹਾਂ, ਤਾਂ ਬੱਚਿਆਂ ਨੂੰ ਅਸੀਂ ਅਵੇਅਰ ਇੱਦਾਂ ਕਰਦੇ ਰਹਿੰਦੇ ਹਾਂ, ਬੱਚਿਆਂ ਦਾ ਬਹੁਤ ਸੋਹਣਾ ਰਿਸਪੋਂਸ ਵੀ ਹੁੰਦਾ ਹੈ, ਅਤੇ ਬੱਚੇ ਕੋਸ਼ਿਸ਼ ਵੀ ਕਰਦੇ ਨੇ, ਸਾਡੇ ਨਾਲ ਵਾਅਦੇ ਵੀ ਕਰਦੇ ਨੇ ਵੀ ਅਸੀਂ ਜ਼ਿੰਦਗੀ 'ਚ ਕਦੀ ਨਸ਼ੇ ਨੂੰ ਹੱਥ ਨਹੀਂ ਲਾਵਾਂਗੇ ਜੀ। ਇਹ ਤਾਂ ਸਿਰਫ ਤੁਹਾਡੇ ਵੱਲੋਂ ਜਿਹੜੇ ਯਤਨ ਕੀਤੇ ਜਾ ਰਹੇ ਨੇ ਜੀ, ਜੇ ਹਰ ਇੱਕ ਗੁਰਸਿੱਖ ਆਪਣਾ ਫਰਜ਼ ਪਛਾਣੇ ਤਾਂ ਕੀ ਸਮਾਜ ਸਾਡਾ ਨਸ਼ਾ ਮੁਕਤ ਹੋ ਸਕਦਾ? ਬਿਲਕੁਲ ਹੋ ਸਕਦਾ ਹੈ ਜੀ, ਹਰ ਇੱਕ ਸਿੱਖ ਪ੍ਰਚਾਰਕ ਹੈ, ਪਹਿਲੀ ਗੱਲ ਤਾਂ ਮੈਂ ਬੇਨਤੀ ਕਰਦਾ ਹੁੰਦਾ ਵੀ ਅਸੀਂ ਕਿਸੇ ਨੂੰ ਇਹ ਨਾ ਕਹੋ ਵੀ ਖਾਸ ਬੰਦਾ ਕੋਈ ਪ੍ਰਚਾਰਕ ਹੈ, ਸਤਿਗੁਰੂ ਨੇ ਤਾਂ ਇਹ ਕਿਹਾ ਵੀ ਹਰ ਇੱਕ ਸਿੱਖ ਪ੍ਰਚਾਰਕ ਹੈ, ਅਸੀਂ ਹਰ ਇੱਕ ਆਪਣਾ ਫਰਜ਼ ਪਹਿਚਾਣੀਏ, ਫਰਜ਼ ਨੂੰ ਪਹਿਚਾਣ ਕੇ ਅਸੀਂ ਆਪੋ ਆਪਣੇ ਤਰੀਕੇ ਦੇ ਨਾਲ ਜਿਸ ਲੈਵਲ 'ਤੇ ਜਾ ਕੇ ਅਸੀਂ ਕੰਮ ਕਰ ਸਕਦੇ ਹਾਂ ਉਸ ਲੈਵਲ 'ਤੇ ਜਾ ਕੇ ਸਾਨੂੰ ਕੰਮ ਕਰਨੇ ਚਾਹੀਦੇ ਨੇ। ਸਾਰੇ ਨਗਰ ਨੂੰ ਇਕੱਠਿਆਂ ਹੋ ਕੇ, ਨਗਰ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਯੂਥ ਬੜਾ ਹੈ ਔਰ ਅਵੇਅਰ ਬਹੁਤ ਹੋਇਆ ਯੂਥ, ਐਸੀ ਗੱਲ ਨਹੀਂ ਹੈ, ਗੁਰਬਾਣੀ ਦਾ ਪ੍ਰਚਾਰ ਪਿਛਲੇ ਸਮੇਂ ਤੋਂ ਬਹੁਤ ਜ਼ਿਆਦਾ ਹੋ ਰਿਹਾ, ਬਹੁਤ ਸਾਰੇ ਪ੍ਰਚਾਰਕ ਵੀਰ ਸਿਰ ਤੋੜ ਯਤਨ ਕਰ ਰਹੇ ਨੇ, ਆਪ ਜੀ ਨੂੰ ਪਤਾ ਨਗਰਾਂ ਨਗਰਾਂ ਵਿੱਚ ਜਾ ਕੇ, ਤਾਂ ਹਰ ਇੱਕ ਸਿੱਖ ਪ੍ਰਚਾਰਕ ਐਵੇਂ ਬੇਨਤੀ ਕਰਦਾ ਹੁੰਦਾ ਵੀ ਕਿਸੇ ਖਾਸ ਨੂੰ ਅਸੀਂ ਨਾ ਕਹੋ ਵੀ ਇਹ ਬੰਦਾ ਕੋਸ਼ਿਸ਼ ਕਰੇ ਤਾਂ ਅਸੀਂ ਤੁਰੀਏ, ਹਰ ਇੱਕ ਦਾ ਫਰਜ਼ ਬਣਦਾ, ਮਾਤਾ ਪਿਤਾ ਸਭ ਤੋਂ ਵੱਡੇ ਬੱਚੇ ਦੇ ਰੋਲ ਮਾਡਲ ਹੁੰਦੇ ਨੇ, ਮਾਂ ਸਭ ਤੋਂ ਵੱਡੀ ਟੀਚਰ ਹੈ, ਕਿਸੇ ਦੀਪ ਨੇ ਲਿਖਿਆ ਮਾਂ ਸਭ ਤੋਂ ਵੱਡੀ ਟੀਚਰ ਹੈ, ਮਾਂ ਬੱਚੇ ਨੂੰ ਬੜਾ ਕੁਝ ਸਿਖਾਉਂਦੀ ਹੈ, ਚੰਗੇ ਸੰਸਕਾਰ ਮਾਂ ਨੇ ਸਿਖਾਉਣੇ ਹੁੰਦੇ ਨੇ। ਮੈਂ ਤਾਂ ਇੱਕ ਬੇਨਤੀ ਕਰਦਾ ਹੁੰਦਾ, ਅਕਸਰ ਕਿਹਾ ਜਾਂਦਾ ਬੱਚੇ ਗੱਲ ਮੰਨਦੇ ਨੇ, ਮੈਂ ਕਹਿੰਦਾ ਸਾਨੂੰ ਮਨਾਉਣਾ ਨਹੀਂ ਆਉਂਦਾ, ਬੱਚੇ ਮੰਨਦੇ ਨੇ ਜੀ, ਬੱਚੇ ਮੰਨਦੇ ਨੇ। ਮੈਂ ਇੱਕ ਛੋਟੀ ਜਿਹੀ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦਾ, ਜੇ ਮੈਂ ਇੱਥੇ ਦੀ ਗੱਲ ਕਰਾਂ, ਪਟਿਆਲੇ ਦੇ ਵਿੱਚ ਮੈਂ ਇੱਕ ਅਕੈਡਮੀ ਦੇ ਵਿੱਚ ਬੱਚਿਆਂ ਨੂੰ ਸਟੱਡੀ ਕਰਵਾਉਂਦਾ ਰਿਹਾ, ਪੜ੍ਹਾਉਂਦਾ ਰਿਹਾ ਜੀ, ਸਾਡੇ ਕੋਲ ਇੱਕ ਸ਼ਿਕਾਇਤ ਆਉਂਦੀ ਹੁੰਦੀ ਸੀ, ਸਾਰੇ ਗੁਰਸਿੱਖ ਬੱਚੇ ਸੀ, ਤਾਂ ਅਕਸਰ ਇੱਕ ਸ਼ਿਕਾਇਤ ਆਇਆ ਕਰਦੀ ਸੀ ਅਕੈਡਮੀ ਵਿੱਚ ਕਿ ਬੱਚੇ ਆ ਕੇ ਘਰ ਫਤਿਹ ਨਹੀਂ ਬੁਲਾਉਂਦੇ ਜੀ। ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਪੇਰੈਂਟਸ ਨੂੰ, ਮੈਂ ਕਿਹਾ ਤੁਸੀਂ, ਤੁਹਾਨੂੰ ਇੱਕ ਨੁਕਤਾ ਦੱਸ ਦਿੰਦੇ ਹਾਂ, ਇੱਕ ਮਹੀਨੇ ਬਾਅਦ ਤੁਸੀਂ ਸਾਨੂੰ ਰਿਜ਼ਲਟ ਦੱਸ ਦਿਓ ਆ ਕੇ ਕੀ ਨਿਕਲਿਆ ਜੀ। ਉਹਨਾਂ ਪੁੱਛਿਆ ਨੁਕਤਾ ਕੀ ਹੈ, ਮੈਂ ਕਿਹਾ ਇਹ ਫਤਿਹ ਨਹੀਂ ਬੁਲਾਉਂਦੇ, ਤੁਸੀਂ ਇਹਨਾਂ ਨੂੰ ਫਤਿਹ ਬੁਲਾਉਣੀ ਸ਼ੁਰੂ ਕਰੋ ਜੀ। ਜਦੋਂ ਤਿਆਰ ਕਰਕੇ ਤੁਸੀਂ ਗੱਡੀ 'ਚ ਬਿਠਾਉਂਦੇ ਹੋ ਨਾ, ਸਕੂਲ ਲਈ ਤੋਰ ਦਿਓ, ਬਾਏ ਬਾਏ ਟਾਟਾ ਟਾਟਾ ਕਰਨਾ ਬੰਦ ਕਰੋ, ਉਹਨਾਂ ਨੂੰ ਫਤਿਹ ਬੁਲਾਇਆ ਕਰੋ, ਆਪ ਬੁਲਾਇਆ ਕਰੋ, ਉਹ ਨਹੀਂ ਬੁਲਾਉਂਦੇ, ਜਦੋਂ ਬੱਚੇ ਨੂੰ ਉਤਾਰਦੇ ਹੋ ਤੁਸੀਂ ਗੱਡੀ ਤੋਂ ਲੈ ਕੇ ਆਉਂਦੇ ਹੋ, ਉਸ ਵੇਲੇ ਫਿਰ ਫਤਿਹ ਬੁਲਾਇਆ ਕਰੋ ਜੀ। ਤੁਸੀਂ ਯਕੀਨ ਜਾਣੋ, ਇੱਕ ਮਹੀਨੇ ਦੇ ਅੰਦਰ, ਡੇਢ ਮਹੀਨੇ ਦੇ ਅੰਦਰ ਉਹੀ ਪੇਰੈਂਟਸ ਆ ਕੇ ਕਹਿਣ ਲੱਗ ਗਏ, ਕਹਿੰਦੇ ਭਾਈ ਸਾਹਿਬ ਜੀ ਸੋਹਣੇ ਰਿਜ਼ਲਟ ਆ ਰਹੇ ਨੇ, ਬੱਚੇ ਫਤਿਹ ਬੁਲਾਉਣ ਲੱਗ ਪਏ ਆ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਬੱਚੇ ਕਹਿਣਾ ਨਹੀਂ ਮੰਨਦੇ, ਬੱਚੇ ਸਾਡੀ ਰੀਸ ਕਰਦੇ ਆ, ਜੋ ਅਸੀਂ ਕਰਦੇ ਹਾਂ ਬੱਚੇ ਵੇਖ ਵੇਖ ਉਦਾਂ ਕਰਦੇ ਆ, ਕਹਿਣਾ ਨਹੀਂ ਮੰਨਦੇ। ਤੁਸੀਂ ਲੱਕ ਕਹੀ ਜਾਓ, ਸ਼ਾਇਦ ਉਹ ਗੱਲ ਨਾ ਉਹਨਾਂ ਦੇ ਪਕੜ ਵਿੱਚ ਆਵੇ, ਧਿਆਨ ਵਿੱਚ ਆਵੇ, ਪਰ ਜਦੋਂ ਤੁਸੀਂ ਖੁਦ ਕਰਨਾ ਸ਼ੁਰੂ ਕਰ ਦਿੰਦੇ ਹੋ ਤੁਹਾਡੀ ਕਾਪੀ ਕਰਦੇ ਨੇ ਬੱਚੇ। ਇਸ ਕਰਕੇ ਪੇਰੈਂਟਸ ਦਾ ਆਸੇ ਪਾਸੇ ਦਾ ਜਿਹੜਾ ਆਲੇ ਦੁਆਲੇ ਦਾ ਮਾਹੌਲ ਇੱਦਾਂ ਦਾ ਹੋਣਾ ਚਾਹੀਦਾ ਕਿ ਬੱਚੇ ਖੁਦ ਖੁਦ ਤੁਹਾਡੇ ਤੋਂ ਪ੍ਰੇਰਨਾ ਲੈਣ, ਤੁਸੀਂ ਉਹਨਾਂ ਦੇ ਪ੍ਰੇਰਨਾ ਸਰੋਤ ਹੋਵੋ ਜੀ। ਇਹ ਤਾਂ ਸੀ ਪਰਿਵਾਰ ਪੱਧਰ 'ਤੇ ਕੋਸ਼ਿਸ਼, ਜਿਹੜੇ ਤੁਸੀਂ ਕਿਹਾ ਕਿ ਬਚਪਨ ਤੋਂ ਹੀ ਬੱਚੇ ਨੂੰ ਸਿੱਖੀ ਵੱਲ ਪ੍ਰੇਰਿਤ ਕਰਨਾ ਚਾਹੀਦਾ, ਅਤੇ ਗੁਰੂ ਦੀ ਸਿੱਖਿਆ ਜਿਹੜੀ ਫਿਰ ਹੈ ਉਹ ਬੁਰੇ ਕੰਮਾਂ ਤੋਂ, ਮਾੜੀ ਕੁਸੰਗਤ ਤੋਂ ਅਤੇ ਭੈੜੇ ਨਸ਼ਿਆਂ ਤੋਂ ਤਾਂ ਆਪਣੇ ਆਪ ਬਚਾ ਕੇ ਰੱਖ ਹੀ ਲੈਂਦੀ ਹੈ ਜੀ। ਜੀ ਜੀ ਭਾਈ ਸਾਹਿਬ ਜੀ, ਸਾਡੇ ਧਾਰਮਿਕ ਅਦਾਰੇ ਵੀ ਨੇ ਬਿਲਕੁਲ, ਜਿਹੜੇ ਬਿਲਕੁਲ ਪ੍ਰਚਾਰ ਦਾ ਵੀ ਜਿਹੜੇ ਨੇ ਦਾਅਵਾ ਕਰਦੇ ਨੇ, ਉਹਨਾਂ ਦਾ ਕੀ ਰੋਲ ਹੋ ਸਕਦਾ ਜੇ ਅਸੀਂ ਗੁਰਬਾਣੀ ਦਾ ਚਰਨ ਸਾਰੇ ਸੰਸਾਰ ਵਿੱਚ ਫੈਲਾਉਣਾ ਚਾਹੁੰਦੇ ਹਾਂ ਸਮਾਜ ਦਾ ਭਲਾ ਕਰਨ ਵਾਸਤੇ? ਜੀ, ਧਾਰਮਿਕ
जिथे लिया के बच्चों ये कोशिश की जाती है नाल नाल उन्होंने गुरबाणी नाल जोड़िया जाए नशे बारे उन्होंने अवेयर किया जाए कि जिंदगी नशे नाल बर्बाद हो जाती है नशे में कुछ नहीं रखा तुसी किसी माँ की कुख नूं उजाड़ रहे हो जी। जिस माँ ने तुहानूं 9 महीने पाल के जवान किया अपने अखी उन्हें तुहानूं वड्डा हुंदिया वेख्या ये नशे कर करके तुसी केवल अपनी जिंदगी नहीं अपनी जिंदगी खराब नहीं कर रहे अपने माता पिता नूं सारी जिंदगी दे लई तुसी हंझू दे के जा रहे हो ਤਾਂ ਇਹ ਸੋਚਣਾ ਚਾਹੀਦਾ ਯੂਥ ਨੂੰ ਵੀ ਸੋਚਣਾ ਚਾਹੀਦਾ ਨੌਜਵਾਨਾਂ ਨੂੰ ਵੀ ਫਿਰ ਉਹ ਗੱਲ ਆ ਜਾਂਦੀ ਕਿਤੇ ਨਾ ਕਿਤੇ ਅਗਿਆਨਤਾ ਬਹੁਤ ਵੱਡੀ ਹੈ ਜੀ ਅਤੇ ਕਈ ਵਾਰ ਸਾਡੇ ਨੌਜਵਾਨ ਇਸ ਪਾਸੇ ਵੱਲ ਨੂੰ ਤੁਰਨਾ ਵੀ ਨਹੀਂ ਚਾਹੁੰਦੇ ਕਿਉਂਕਿ ਰੋਲ ਮਾਡਲ ਉਹ ਗਲਤ ਇਨਸਾਨਾਂ ਨੂੰ ਮੰਨ ਬੈਠੇ ਹੈ ਬਿਲਕੁਲ ਜੀ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹੋ ਹੋਣਾ ਚਾਹੀਦਾ ਹੈ ਕਿ ਸਤਿਗੁਰੂ ਦੇ ਲੜ ਲੱਗਣ ਗੁਰਬਾਣੀ ਆਪ ਪੜ੍ਹਨ ਗੁਰਬਾਣੀ ਨੂੰ ਸਮਝਣ ਪਾਤਸ਼ਾਹ ਸਾਨੂੰ ਕਹਿਣਾ ਕੀ ਚਾਹੁੰਦੇ ਨੇ ਜੀ ਭਾਈ ਸਾਹਿਬ ਇੱਕ ਫੋਨ ਕਾਲ ਅਸੀਂ ਲੈ ਲੈਂਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕੀ ਸਵਾਲ ਹੈ ਜੀ ਆਪ ਜੀ ਦਾ ਮੈਂ ਜੀ ਇਹ ਕੁਐਸਚਨ ਕਰਨਾ ਚਾਹੁੰਦਾ ਸੀਗਾ ਜੀ ਆਪਣਾ ਯਾਨੀ ਕਿ ਵੀ ਤੁਹਾਡੇ ਹਿਸਾਬ ਨਾਲ ਯਾਨੀ ਕਿ ਨਸ਼ੇ ਨੂੰ ਅੱਜ ਦੇ ਦੌਰ ਦੇ ਵਿੱਚ ਵੀ ਜ਼ਿਆਦਾ ਕਿੱਥੋਂ ਪ੍ਰਮੋਟ ਹੋ ਰਿਹਾ ਹੈ ਪ੍ਰਮੋਟ ਹੋ ਕਿਵੇਂ ਰਿਹਾ ਜੀ ਇਹ ਸਵਾਲ ਇਹਨਾਂ ਦਾ ਜੀ ਨਸ਼ਾ ਪ੍ਰਮੋਟ ਹੋਣਾ ਕੋਈ ਇੱਕ ਥਾਂ ਤੋਂ ਨਹੀਂ ਹੋ ਰਿਹਾ ਜੀ ਪਤਾ ਨਹੀਂ ਨਸ਼ਾ ਕਿੱਥੋਂ ਕਿੱਥੋਂ ਪ੍ਰਮੋਟ ਹੋ ਰਿਹਾ ਬਹੁਤ ਥਾਵਾਂ ਤੋਂ ਨਸ਼ਾ ਪ੍ਰਮੋਟ ਹੋ ਰਿਹਾ ਔਰ ਬਹੁਤ ਸਾਰੇ ਕੇਸ ਦੇ ਵਿੱਚ ਜਿਹੜੇ ਹੈਗੇ ਨੇ ਨਸ਼ਾ ਪ੍ਰਮੋਟ ਕਰਨ ਵਾਲੇ ਫੜੇ ਵੀ ਜਾਂਦੇ ਨੇ ਇੱਕ ਦੋ ਕੇਸ ਮੈਂ ਸਟੱਡੀ ਕਰ ਰਿਹਾ ਸੀਗਾ ਉਹਨਾਂ ਦੇ ਵਿੱਚ ਮੈਂ ਇਹ ਪੜ੍ਹਿਆ ਕਿ ਇੱਕ 10ਵੀਂ ਕਲਾਸ ਦੇ ਵਿੱਚ ਪੜ੍ਹਨ ਵਾਲਾ ਬੱਚਾ ਵੀ ਨਸ਼ੇ ਜਿਹੜਾ ਲਿਆ ਕੇ ਸਮਗਲਿੰਗ ਕਰਨ ਦਾ ਕੰਮ ਕਰਦਾ ਸੀ ਜਿਸ ਵੇਲੇ ਫੜੇ ਗਏ ਨਾ ਉਹ ਜੀ ਤਾਂ ਪੁਲਿਸ ਉਹਨੂੰ ਪੁੱਛਦੀ ਹੈ ਕਹਿਣ ਲੱਗੀ ਵੀ ਬੇਟਾ ਤੇਰੀ ਉਮਰ ਬੜੀ ਛੋਟੀ ਹੈ ਤੂੰ ਇਸ ਪਾਸੇ ਵੱਲ ਨੂੰ ਕਿਉਂ ਲੱਗ ਗਿਆ ਤਾਂ ਉਸ ਵੇਲੇ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਉਹਨੇ ਥੱਲੇ ਮੂੰਹ ਕੀਤਾ ਅਤੇ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਉਹ ਮਿੱਟੀ ਖੁਰਚਣ ਲੱਗਿਆ ਅਤੇ ਉਸ ਵੇਲੇ ਉਹ ਰਾਈਟਰ ਨੇ ਲਿਖਿਆ ਕਿ ਕਹਿੰਦਾ ਮੈਨੂੰ ਇੱਦਾਂ ਲੱਗਿਆ ਵੀ ਜਿੱਦਾਂ ਇਸ ਬੱਚੇ ਨੂੰ 10ਵੀਂ ਦਾ ਕੋਈ ਟਫ ਕੁਐਸਚਨ ਪੁੱਛ ਲਿਆ ਹੋਵੇ ਜਿਹਦਾ ਇਹਨੂੰ ਜਵਾਬ ਇਹਦੇ ਕੋਲ ਨਹੀਂ ਹੈ ਅਤੇ ਇਸ ਕਰਕੇ ਗਲਤ ਤਰੀਕੇ ਨਾਲ ਅੱਜ ਇੱਕ ਇਹ ਵੀ ਫੈਕਟ ਹੈ ਵੀ ਮਨੁੱਖ ਜਲਦੀ ਤੋਂ ਜਲਦੀ ਅਮੀਰ ਹੋਣਾ ਚਾਹੁੰਦਾ ਆਪਣੀਆਂ ਇਸ਼ਾਵਾਂ ਪੂਰੀਆਂ ਕਰਨਾ ਚਾਹੁੰਦਾ ਇਸ ਕਰਕੇ ਉਹ ਸ਼ਾਰਟਕੱਟ ਰਸਤਾ ਅਪਣਾਉਂਦਾ ਇੱਦਾਂ ਗਲਤ ਤਰੀਕੇ ਨਾਲ ਨਸ਼ੇ ਕਿਸੇ ਪਾਸਿਓਂ ਲਿਆ ਕੇ ਕਿਸੇ ਪਾਸੇ ਵੇਚੇ ਜਾ ਰਹੇ ਨੇ ਕੋਈ ਕਿੱਧਰੋਂ ਆ ਰਿਹਾ ਕੋਈ ਕਿੱਧਰੋਂ ਇਹਦੇ ਵਿੱਚ ਮੈਂ ਕਹਾਂਗਾ ਸਰਕਾਰਾਂ ਦਾ ਵੀ ਬਹੁਤ ਵੱਡਾ ਰੋਲ ਹੈ ਕਿਤੇ ਨਾ ਕਿਤੇ ਕੱਲ੍ਹ ਹੀ ਮੈਂ ਦੇਖ ਰਿਹਾ ਸੀ ਕਿ ਨਸ਼ਾ ਫੜਨ ਵਾਲਾ ਇੱਕ ਵੇਚਣ ਵਾਲਾ ਇੱਕ ਫੜਾਇਆ ਗਿਆ ਬਾਅਦ ਵਿੱਚ ਉਹ ਪੁਲਿਸ ਨੇ ਛੱਡ ਦਿੱਤਾ ਥੋੜ੍ਹੇ ਸਮੇਂ ਬਾਅਦ ਜੀ ਨੌਜਵਾਨਾਂ ਨੇ ਫਿਰ ਪੁਲਿਸ ਨੂੰ ਘੇਰਿਆ ਕਿ ਅੱਜ ਨੌਜਵਾਨ ਇੰਨੇ ਕੁ ਅਵੇਅਰ ਹੋ ਗਏ ਨੇ ਅੱਜ ਪੁਲਿਸ ਨੂੰ ਸਵਾਲ ਕਰਦੇ ਨੇ ਕਹਿੰਦੇ ਅਸੀਂ ਨਸ਼ਾ ਵੇਚਣ ਵਾਲਾ ਤੁਹਾਡੇ ਹਵਾਲੇ ਕੀਤਾ ਔਰ ਤੁਸੀਂ ਉਹਨੂੰ ਛੱਡ ਦਿੱਤਾ ਅੱਧੇ ਘੰਟੇ ਬਾਅਦ ਜੀ ਉਹ ਕਹਿੰਦੇ ਤੁਸੀਂ ਨਹੀਂ ਕੰਟਰੋਲ ਕਰ ਸਕਦੇ ਅਤੇ ਯੂਥ ਇੱਥੋਂ ਤੱਕ ਕਹਿ ਰਿਹਾ ਤੁਸੀਂ ਸਾਨੂੰ ਅਧਿਕਾਰ ਦਿਓ ਅਸੀਂ ਸਾਰਾ ਕੁਝ ਤੁਹਾਨੂੰ ਕਰਕੇ ਦਿਖਾਵਾਂਗੇ ਤੁਹਾਨੂੰ ਸਾਨੂੰ ਤੁਸੀਂ ਪੇ ਸਕੇਲ ਸਾਡਾ ਬਹੁਤ ਡਾਊਨ ਰੱਖ ਲਓ ਕੋਈ ਗੱਲ ਨਹੀਂ ਹੈ ਪਰ ਅਸੀਂ ਤੁਹਾਨੂੰ ਨਸ਼ਾ ਕੰਟਰੋਲ ਕਰਕੇ ਦਿਖਾਵਾਂਗੇ ਕਿਤੇ ਨਾ ਕਿਤੇ ਯਾਨੀ ਕਿ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਚੱਲੀ ਜਾਂਦਾ ਜੀ ਇੱਕ ਤੁਸੀਂ ਕਾਰਨ ਦੱਸਿਆ ਕਿ ਜਲਦੀ ਅਮੀਰ ਬਣਨ ਦੇ ਚੱਕਰ 'ਚ ਦੂਜਿਆਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਕੁਝ ਲੋਕ ਨਸ਼ਾ ਤਸਕਰੀ ਦੇ ਰਾਹੀਂ ਦੂਜਾ ਤੁਸੀਂ ਦੱਸਿਆ ਸਰਕਾਰ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਅਕਸਰ ਹੀ ਦਾਅਵਾ ਕਰਦੀਆਂ ਨੇ ਕਿ ਸਾਨੂੰ ਕੀੜੀ ਤੁਰਦੀ ਨਜ਼ਰ ਆਉਂਦੀ ਹੈ ਜੀ ਜੀ ਤਾਂ ਫਿਰ ਨਸ਼ਾ ਤਸਕਰ ਇੰਨੇ ਵੱਡੇ ਪੱਧਰ 'ਤੇ ਕਿਵੇਂ ਪੰਜਾਬ ਵਿੱਚ ਪੈਰ ਪਸਾਰ ਰਹੇ ਨੇ ਇਹ ਵਾਕਈ ਇੱਕ ਸਵਾਲ ਹੈ ਜੀ ਜੀ ਬਹੁਤ ਵੱਡਾ ਸਵਾਲ ਹੈ ਇਹਦੇ ਵਿੱਚ ਔਰ ਇਹਦਾ ਆਂਸਰ ਇਹ ਹੈ ਕਿ ਸਰਕਾਰ ਕਦੀ ਵੀ ਨਹੀਂ ਚਾਹੁੰਦੀ ਅਖਬਾਰ ਦੀਆਂ 2 ਨਿਊਜ਼ ਪੇਪਰ ਮੇਰੇ ਧਿਆਨ ਵਿੱਚ ਆ ਰਹੀਆਂ ਨੇ ਜੀ ਇੱਕ ਨਿਊਜ਼ ਪੇਪਰ ਦੇ ਵਿੱਚ ਇਹ ਖਬਰ ਆਈ ਸੀ ਕਿ ਨਸ਼ੇ ਨੂੰ ਸਰਕਾਰ ਕੰਟਰੋਲ ਕਰਨ ਲਈ ਬੜੇ ਵੱਡੇ ਯਤਨ ਕਰ ਰਹੀ ਹੈ ਔਰ ਉਸੇ ਅਖਬਾਰ ਦੇ ਅੰਦਰ ਕੁਝ ਦਿਨਾਂ ਬਾਅਦ ਖਬਰ ਆ ਜਾਂਦੀ ਹੈ ਵੀ ਇਸ ਵਾਰ ਜਿਹੜੀ ਹੈ ਸ਼ਰਾਬ ਦੀ ਵਿਕਰੀ ਦੀ ਖਬਰ ਸੀ ਉਹ ਕਿ 600 ਕਰੋੜ ਜ਼ਿਆਦਾ ਐਤਕੀ ਜਿਹੜੀ ਸ਼ਰਾਬ ਦੀ ਲਾਗਤ ਹੋਏਗੀ ਅਤੇ 600 ਕਰੋੜ ਦਾ ਜ਼ਿਆਦਾ ਮੁਨਾਫਾ ਹੋਣਾ ਇੱਕ ਪਾਸੇ ਸਰਕਾਰ ਕਹਿ ਰਹੀ ਅਸੀਂ ਖਤਮ ਕਰਦੇ ਹਾਂ ਦੂਜੇ ਪਾਸੇ ਮੁਨਾਫੇ ਦੀਆਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਫਿਰ ਇਹੋ ਕਹਿ ਸਕਦੇ ਹਾਂ ਅਸੀਂ ਕਿ ਸ਼ਰਾਬ ਨੂੰ ਨਸ਼ਾ ਮੰਨਣ ਲਈ ਤਿਆਰ ਨਹੀਂ ਅੱਜ ਹਾਂ ਇੱਕ ਆਮ ਪਿੱਛੇ ਜੇ ਅਸੀਂ ਹਫ਼ਤਾ ਵੀ ਮਨਾਇਆ ਇੱਕ ਨਸ਼ਾ ਵਿਰੋਧੀ ਹਫ਼ਤਾ ਭਾਈ ਸਾਹਿਬ ਅਸੀਂ ਗੱਲ ਜਾਰੀ ਰੱਖਾਂਗੇ ਇੱਕ ਦਰਸ਼ਕ ਹੋਰ ਸਾਡੇ ਨਾਲ ਜੁੜੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਜੀ ਅਸੀਂ ਬਰਨਾਲਾ ਤੋਂ ਬੋਲ ਰਹੇ ਹਾਂ ਧੰਨਵਾਦ ਜੀ ਕੀ ਸਵਾਲ ਹੈ ਜੀ ਆਪ ਜੀ ਦਾ ਹਾਂਜੀ ਸਵਾਲ ਮੇਰਾ ਇਹ ਹੈ ਜੀ ਆਪਣਾ ਜਿਵੇਂ ਮਤਲਬ ਕਿ ਜਿਹੜੇ ਨਸ਼ਿਆਂ ਨਾਲ ਜੁੜੇ ਹੋਏ ਨੇ ਜੀ ਜੀ ਨਸ਼ੇ ਆਦਿ ਕਰ ਰਹੇ ਹੈ ਜੀ ਯਾਨੀ ਕਿ ਉਹਨਾਂ ਨੂੰ ਗੁਰਬਾਣੀ ਦੇ ਨਾਲ ਕਿੱਦਾਂ ਜੋੜਿਆ ਜਾਵੇ ਜਿਹੜੇ ਨਸ਼ਾ ਕਰ ਰਹੇ ਨੇ ਨਗਰਾਂ ਵਿੱਚ ਉਪਰਾਲੇ ਹੋ ਰਹੇ ਨੇ ਸਾਡੇ ਵੀਰ ਬਹੁਤ ਮਿਹਨਤ ਕਰ ਰਹੇ ਆ ਨਗਰਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਸਮਝਾਇਆ ਜਾਂਦਾ ਹੌਲੀ ਹੌਲੀ ਪ੍ਰੇਰ ਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਇਆ ਜਾਂਦਾ ਗੁਰਦੁਆਰਾ ਸਾਹਿਬ ਆਉਂਦੇ ਨੇ ਬੈਠਦੇ ਨੇ ਸੰਗਤ ਵਿੱਚ ਬੈਠਣ ਲੱਗਦੇ ਨੇ ਹੌਲੀ ਹੌਲੀ ਗੁਰਬਾਣੀ ਦੀ ਰੰਗਤ ਲੱਗਣੀ ਸ਼ੁਰੂ ਹੋ ਜਾਂਦੀ ਹੈ
ਬਿਲਕੁਲ ਜੀ, ਜਿਵੇਂ ਕੁਸੰਗਤ ਦਾ ਅਸਰ ਇੱਕ ਦਿਨ ਹੀ ਬੈਠੇ ਹੋਣੇ ਆ ਟੀਕੇ ਵਾਲਿਆਂ ਦੇ ਵਿੱਚ ਤੇ ਟੀਕਾ ਲਾ ਲਿਆ ਹੋਣਾ, ਇਸੇ ਤਰ੍ਹਾਂ ਹੀ ਜੇ ਹੁਣ ਅਸੀਂ ਚੰਗੀ ਸੰਗਤ 'ਚ ਬੈਠਾਂਗੇ ਤਾਂ ਆਟੋਮੈਟਿਕਲੀ ਗੁਰਬਾਣੀ ਦੇ ਨਾਲ ਜੁੜਾਂਗੇ। ਬਿਲਕੁਲ, ਨਸ਼ਾ ਇਦਾਂ ਹੀ ਸ਼ੁਰੂ ਹੁੰਦਾ ਜਦੋਂ ਦੇਖੋ ਬੱਚਿਆਂ ਨੂੰ ਥੋੜਾ ਜਿਹਾ ਕਰਕੇ ਪਿਆ ਦਿੱਤਾ ਜਾਂਦਾ ਵੀ ਕੋਈ ਨਹੀਂ, ਲਾੜ ਦੇ ਵਿੱਚ ਕਿੰਨੀਆਂ ਵੀਡੀਓ ਤੁਸੀਂ ਦੇਖਦੇ ਹੋ ਬੱਚਿਆਂ ਨੂੰ, ਉਦਾਂ ਹੀ ਲਾੜ ਦੇ ਵਿੱਚ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਪੀਲਾ ਵੀਡੀਓ ਬਣਾਉਣ ਲਈ, ਬਸ ਇਦਾਂ ਹੀ ਪਤਾ ਨਹੀਂ ਕੀ ਕੁਛ ਕਰਦੇ ਰਹਿੰਦੇ ਆ ਵਿਹਲੇ ਅੱਜ ਬੈਠ ਕੇ, ਤੇ ਉਹ ਸਾਰਾ ਕਿਤੇ ਨਾ ਕਿਤੇ ਹੌਲੀ ਹੌਲੀ ਤੁਰਦਿਆਂ ਤੁਰਦਿਆਂ ਫਿਰ ਅੱਗੇ ਉਹ ਗਲਤ ਰਾਹੇ ਪੈ ਜਾਂਦੇ ਨੇ। ਜਦੋਂ ਉਹਨਾਂ ਦਾ ਜ਼ਬਾਨ ਜਿਹੜੀ ਟੇਸਟ ਚੱਕ ਲੈਂਦੀ ਹੈ ਫਿਰ ਦਿਲ ਕਰਦਾ ਉਹਨਾਂ ਦਾ ਵੀ ਹੋਰ ਪੀਤੀ ਜਾਵੇ। ਤਾਂ ਕਿਸੇ ਦੀਪ ਨੇ ਲਿਖਿਆ ਵੀ ਉਹ ਕਹਿਣ ਲੱਗਿਆ ਵੀ ਪਹਿਲਾਂ ਪਹਿਲਾਂ ਜਿਹੜਾ ਨਸ਼ਾ ਹੁੰਦਾ ਕੋਈ ਵੀ ਉਹ ਆਪਣੇ ਪੈਸੇ ਦਾ ਖਰੀਦ ਕੇ ਨਹੀਂ ਕਰਦਾ, ਉਹ ਹਮੇਸ਼ਾ ਕੋਈ ਦੂਜਾ ਕਰਵਾਉਂਦਾ ਨਾਲ ਦਾ। ਸੱਜਣ ਮਿੱਤਰ ਕਹਿੰਦੇ ਨੇ ਕੋਈ ਗੱਲ ਨਹੀਂ ਅੱਜ ਦਾ ਦਿਨ ਕਰ ਲੈ, ਥੋੜ੍ਹਾ ਜਿਹਾ ਖਾ ਕੇ ਦੇਖ ਲੈ, ਟੇਸਟ ਦੇਖ ਲੈ, ਉਹ ਟੇਸਟ ਇੰਨਾ ਲੱਗਦਾ ਇੰਨਾ ਲੱਗਦਾ ਫਿਰ ਉਹ ਟੇਸਟ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ, ਉਹਦੇ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ ਫਿਰ ਕਈ ਵਾਰ। ਜੀ, ਫਿਰ ਉਹਨਾਂ ਨੂੰ ਮੋੜਿਆ ਕਿਵੇਂ ਜਾ ਸਕਦਾ, ਇਹ ਸਵਾਲ ਸੀ ਜੀ। ਮੋੜਨ ਦਾ ਇਹੀ ਮੈਂ ਬੇਨਤੀ ਕਰ ਰਿਹਾ ਸੀ ਕਿ ਅਸੀਂ ਉਪਰਾਲੇ ਕੀਤੇ ਜਾਂਦੇ ਨੇ ਸਾਡੇ ਵੱਲੋਂ ਜੋ ਕੀਤੇ ਜਾਂਦੇ ਨੇ ਜਿੱਥੇ ਵੀ ਕੋਈ ਇੱਦਾਂ ਦਾ ਤੁਹਾਨੂੰ ਲੱਗਦਾ ਨੌਜਵਾਨ ਵੀਰ ਕੋਈ ਮਿਲਦਾ ਨਸ਼ੇ ਵਾਲਾ, ਉਹਨੂੰ ਬੜੇ ਪਿਆਰ ਦੇ ਨਾਲ ਮਿਲ ਕੇ ਉਹਨੂੰ ਕੋਸ਼ਿਸ਼ ਕਰੋ ਪ੍ਰੇਰਨ ਦੀ, ਵੀਰ ਜੋ ਤੂੰ ਕਰ ਰਿਹਾ ਗਲਤ ਕਰ ਰਿਹਾ ਬਹੁਤ ਜ਼ਿਆਦਾ, ਕੇਵਲ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰੇਗਾ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਵੀ ਨਾਲ ਬਰਬਾਦ ਕਰ ਜਾਏਗਾ, ਜਿਉਂਦੇ ਜੀ ਮਰ ਜਾਣਾ ਉਹਨਾਂ ਨੇ, ਬਿਲਕੁਲ ਤੇਰੇ ਨਾਲੋਂ ਪਹਿਲਾਂ ਉਹਨਾਂ ਮਰ ਜਾਣਾ ਜਿਹੜੇ ਹਾਲਾਤ ਤੇਰੇ ਨੇ ਜਿਉਂਦੇ। ਇੱਦਾਂ ਉਹਨੂੰ ਸਮਝਾ ਕੇ ਪਿਆਰ ਨਾਲ ਹੌਲੀ ਹੌਲੀ ਉਹਨੂੰ ਇੱਦਾਂ ਗੁਰਬਾਣੀ ਦੇ ਬਾਰੇ ਦੱਸਣਾ ਸ਼ੁਰੂ ਕਰੀਏ, ਗੁਰਦੁਆਰਾ ਸਾਹਿਬ ਲੈ ਕੇ ਆਈਏ ਤਾਂ ਗੁਰਬਾਣੀ ਪੜ੍ਹਾਉਣੀ ਸ਼ੁਰੂ ਕਰੀਏ। ਅੱਜ ਤਾਂ ਵੱਡੇ ਪੱਧਰ 'ਤੇ ਚੱਲ ਰਿਹਾ ਗੁਰਦੁਆਰਾ ਸਾਹਿਬ ਤੋਂ, ਹਾਂਜੀ ਸਹਿਜ ਪਾਠ ਕਰਵਾਏ ਜਾਂਦੇ ਆ, ਪੋਥੀਆਂ ਦਿੱਤੀਆਂ ਜਾਂਦੀਆਂ ਨੇ, ਤਾਂ ਹੌਲੀ ਹੌਲੀ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਨੌਜਵਾਨ ਦਾ ਮਨ ਜਿਹੜਾ ਹੈ ਮੋੜਾ ਪੈਣਾ ਸ਼ੁਰੂ ਹੋ ਜਾਂਦਾ। ਬਿਲਕੁਲ ਜੀ, ਵਾਰ ਵਾਰ ਉਹਨੂੰ ਪ੍ਰੇਰਿਆ ਜਾਵੇ, ਵਾਰ ਵਾਰ ਪ੍ਰੇਰਿਆ ਜਾਵੇ। ਹਾਂਜੀ, ਉਹ ਕਹਿੰਦੇ ਨਾ ਪੱਥਰ 'ਤੇ ਪਾਣੀ ਦੀ ਬੂੰਦ ਬੂੰਦ ਡਿੱਗੇ ਅਤੇ ਉਹ ਵੀ ਹੌਲੀ ਹੌਲੀ ਕੱਟਣ ਲੱਗ ਜਾਂਦਾ, ਟੁੱਟਣ ਲੱਗ ਜਾਂਦਾ। ਹਾਰਨਾ ਨਹੀਂ ਚਾਹੀਦਾ ਜੇ ਅਸੀਂ ਕਿਸੇ ਦਾ ਜੀਵਨ ਸੁਧਾਰਨ ਦਾ ਬੀੜਾ ਉਠਾ ਲਈਏ। ਬਿਲਕੁਲ ਬਿਲਕੁਲ ਬਿਲਕੁਲ, ਹਾਰਨਾ ਨਹੀਂ ਚਾਹੀਦਾ। ਦੇਖੋ ਤੁਸੀਂ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਇੰਪੋਸੀਬਲ, ਸ਼ਬਦ ਨੂੰ ਕਦੇ ਤੁਸੀਂ ਸੰਧੀ ਸੇਧ ਕਰਕੇ ਪੜੋ, ਉਹ ਸ਼ਬਦ ਵੀ ਆਪਣੇ ਆਪ ਨੂੰ ਕਹਿੰਦਾ ਆਈ ਐਮ ਪੋਸੀਬਲ, ਮੈਂ ਸੰਭਵ ਹਾਂ, ਭਾਵ ਕਿ ਅਸੰਭਵ ਕੁਝ ਵੀ ਨਹੀਂ ਹੁੰਦਾ, ਸਭ ਕੁਝ ਸੰਭਵ ਹੁੰਦਾ ਹੈ ਬਸ਼ਰਤੇ ਅਸੀਂ ਕਰਨਾ ਚਾਹੁੰਦੇ ਹੋਈਏ। ਬਿਲਕੁਲ ਜੀ, ਹਾਂ ਜੀ ਜੀ। ਭਾਈ ਸਾਹਿਬ ਜੀ, ਜਿਵੇਂ ਹੁਣ ਸਾਡੇ ਦਰਸ਼ਕ ਵੀ ਇਹ ਕਿਉਂਕਿ ਹਰ ਇੱਕ ਨੂੰ ਇਹ ਹੁੰਦਾ ਕਿ ਸਾਡਾ ਸਮਾਜ ਸੁਧਰੇ, ਤੇ ਗੁਰਬਾਣੀ ਸਾਰਿਆਂ ਨੂੰ ਪਤਾ ਕਿ ਗੁਰਬਾਣੀ ਦਾ ਚੈਨਲ ਸਾਡੇ ਸਮਾਜ ਨੂੰ ਸੁਧਾਰਨ ਲਈ ਬਹੁਤ ਜ਼ਿਆਦਾ ਕਾਰਗਰ ਸਾਬਤ ਹੋ ਸਕਦਾ। ਸੋ ਜਿਵੇਂ ਉਹਨਾਂ ਨੇ ਸਵਾਲ ਕੀਤਾ ਸੀ ਅਸੀਂ ਕਿਵੇਂ ਲੈ ਕੇ ਆ ਸਕਦੇ ਹਾਂ, ਹੁਣ ਦਰਦ ਤਾਂ ਹਰ ਇੱਕ ਸਿੱਖ ਦੇ ਅੰਦਰ ਆ, ਕਿਉਂ ਨਾ ਹਰ ਇੱਕ ਸਿੱਖ ਪ੍ਰਚਾਰਕ ਬਣੇ, ਹਰ ਇੱਕ ਸਿੱਖ ਫਰਜ਼ ਪਛਾਣੇ। ਹਾਂਜੀ ਹਾਂਜੀ, ਮੈਂ ਵਾਰ ਵਾਰ ਉਹੀ ਬੇਨਤੀ ਕਰ ਰਿਹਾ ਵੀ ਹਰ ਇੱਕ ਸਿੱਖ ਨੂੰ ਫਰਜ਼ ਪਹਿਚਾਨਣਾ ਚਾਹੀਦਾ, ਕਿਸੇ ਵਿਸ਼ੇਸ਼ ਇਨਸਾਨ 'ਤੇ ਨਾ ਰਹੋ ਤੁਸੀਂ ਵੀ ਇਹ ਕਹੇਗਾ ਮੈਂ ਫਿਰ ਤੁਰਨਾ ਇਸ ਪਾਸੇ ਵੱਲ। ਦੇਖੋ ਚੰਗੇ ਕੰਮ ਜਿਹੜੇ ਸਾਡੇ ਫਾਇਦੇ ਲਈ ਨੇ ਸਾਨੂੰ ਕੋਈ ਨਹੀਂ ਕਹਿੰਦਾ ਆ ਕੇ, ਅਸੀਂ ਆਪਣੇ ਆਪ ਕਰਦੇ ਹਾਂ ਨਾ, ਸਾਡੇ ਬੱਚੇ ਚੰਗੇ ਸਕੂਲਾਂ 'ਚ ਪੜ੍ਹਨੇ ਚਾਹੀਦੇ ਨੇ, ਸਾਨੂੰ ਕੋਈ ਨਹੀਂ ਦੱਸਣਾ ਆਉਂਦਾ ਵੀ ਉਹ ਸਕੂਲ ਬਹੁਤ ਚੰਗਾ ਹੈ, ਤੁਹਾਨੂੰ ਪਤਾ ਵੀ ਸਾਡੇ ਤੁਹਾਡੇ ਨੇੜੇ ਦਾ ਸਕੂਲ ਹੈ ਜਿਹੜਾ ਉੱਥੇ ਦੀ ਪੜ੍ਹਾਈ ਵਧੀਆ ਨਹੀਂ ਹੈ, ਸਟਾਫ ਵਧੀਆ ਨਹੀਂ ਹੈ, ਸਾਨੂੰ ਇਸ ਗੱਲ ਦਾ ਪਤਾ ਹੁੰਦਾ ਕਿਉਂਕਿ ਉਹ ਸਾਡੇ ਫਾਇਦੇ ਲਈ ਹੈ, ਸਾਡੇ ਬੱਚਿਆਂ ਲਈ ਹੈ, ਭਾਵੇਂ ਸਾਨੂੰ ਸਕੂਲ ਤੋਂ 10 ਕਿਲੋਮੀਟਰ ਜਾ ਕੇ ਬੱਚੇ ਦੂਰ ਪੜ੍ਹਾਉਣੇ ਪੈਣ, ਪਰ ਸਾਨੂੰ ਪਤਾ ਹੈ ਉੱਥੋਂ ਦਾ ਸਟਾਫ ਸਹੀ ਹੈ, ਉੱਥੋਂ ਦੀ ਪੜ੍ਹਾਈ ਚੰਗੀ ਹੈ, ਅਸੀਂ ਉਹਦੇ ਗੁਣਾਂ ਔਰ ਔਗੁਣਾਂ ਬਾਰੇ ਜਾਣਦੇ ਹਾਂ ਜਿਹੜੀ ਚੀਜ਼ ਸਾਡੇ ਨਾਲ ਸੰਬੰਧਿਤ ਹੈ, ਖੁਦ ਨਾਲ ਰਿਲੇਟਡ ਹੈ। ਤਾਂ ਇਸ ਕਰਕੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਜਿਹੜੀ ਇਹ ਸਾਨੂੰ ਇਸ ਭਾਵਨਾ ਨਾਲ ਤੁਰਨਾ ਪਏਗਾ, ਨਿੱਜੀ ਜਿਹੜੇ ਸਾਡੇ ਸਵਾਰਥ ਹੈਗੇ ਨੇ ਉਹਨਾਂ ਨੂੰ ਪਾਸੇ 'ਤੇ ਰੱਖ ਕੇ ਟਾਈਮ ਕੱਢਣਾ ਪਏਗਾ ਜ਼ਿੰਦਗੀ ਵਿੱਚੋਂ, ਭੱਜ ਦੌੜ ਦੀ ਜ਼ਿੰਦਗੀ, ਹਰ ਇੱਕ ਦੀ ਸਮਾਂ ਕਿਸੇ ਕੋਲ ਵੀ ਨਹੀਂ ਹੈ, ਪਰ ਸਮਾਂ ਕੱਢਣਾ ਪੈਂਦਾ, ਸਮਾਂ 'ਤੇ ਕੱਢਣਾ ਪੈਂਦਾ, ਕਿਸੇ ਵੀ ਕੰਮ ਨੂੰ ਕਰਨ ਵਾਸਤੇ ਅਸੀਂ ਸਮਾਂ ਕੱਢਦੇ ਹਾਂ, ਸਮਾਂ ਕੱਢ ਕੇ ਕੰਮ ਕਰਨੇ ਪੈਣਗੇ। ਅੱਜ ਬਹੁਤ ਕਿਸੇ ਵੇਲੇ ਮੈਨੂੰ ਪ੍ਰੋਫੈਸਰ ਪੂਰਨ ਸਿੰਘ ਦੀਆਂ ਸਤਰਾਂ ਯਾਦ ਆਉਂਦੀਆਂ ਨੇ, ਉਹ ਕਹਿੰਦੇ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਕਿਸੇ ਵੇਲੇ ਉਹਨਾਂ ਨੇ ਗੱਲ ਕਹੀ ਸੀ, ਪਰ ਅੱਜ ਪੰਜਾਬ ਉਹ ਜੋ ਗੁਰਾਂ ਦੇ ਨਾਮ 'ਤੇ ਜਿਉਂਦਾ ਸੀ, ਅੱਜ ਉਸ ਪੰਜਾਬ ਦੇ ਹਾਲਾਤ ਕੀ ਹੁੰਦੇ ਨੇ, ਕਦੀ ਕਦੀ ਬੈਠ ਕੇ ਦੇਖ ਕੇ ਹਾਲਾਤਾਂ 'ਤੇ ਰੋਣਾ ਆ ਜਾਂਦਾ, ਕਿੱਦਾਂ ਦੇ ਹਾਲਾਤਾਂ ਵਿੱਚ ਅੱਜ ਸਾਡਾ ਪੰਜਾਬ ਜਿਹੜਾ ਉਹ ਗੁਜ਼ਰ ਰਿਹਾ ਹੈ। ਜੀ ਬਿਲਕੁਲ ਭਾਈ ਸਾਹਿਬ, ਹੋਰ ਆਪ ਜੀ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਵੀ ਜਿਵੇਂ ਸੇਵ ਤੁਸੀਂ ਇਹ ਵੀ ਕਹਿ ਦਿੱਤਾ ਕਿ ਹਰ ਇੱਕ ਗੁਰਸਿੱਖ ਫਰਜ਼ ਪਛਾਣੇ, ਮਾਪੇ ਆਪਣਾ ਫਰਜ਼ ਪਛਾਣਨ, ਬਿਲਕੁਲ ਬਿਲਕੁਲ, ਹੋਰ ਆਪ ਜੀ ਕੀ ਕਹਿਣਾ ਚਾਹੋਗੇ ਜੀ? ਇੱਕ ਮੈਂ ਇਹ ਵੀ ਬੇਨਤੀ ਕਰਨਾ ਚਾਹਾਂਗਾ, ਕੁਝ ਸੰਸਥਾਵਾਂ ਜਿਹੜੀਆਂ ਸਾਡੀਆਂ ਨਸ਼ਾ ਰੋਕਣ ਵਾਸਤੇ ਬਣਾਈਆਂ ਗਈਆਂ ਨੇ, ਕੁਝ ਵੀਰਾਂ ਨੇ ਜਿਹੜੇ ਉਪਰਾਲੇ ਕੀਤੇ ਨੇ, ਜਿੱਥੇ ਨਸ਼ਾ ਵੇਚਣਾ ਇੱਕ ਧੰਦਾ ਹੈ, ਉੱਥੇ ਕਈ ਸੰਸਥਾਵਾਂ ਨੇ ਨਸ਼ਾ ਰੋਕਣਾ ਵੀ ਇੱਕ ਧੰਦਾ ਬਣਾ ਲਿਆ। ਜੀ ਬਿਲਕੁਲ ਭਾਈ ਸਾਹਿਬ, ਅਸੀਂ ਜਾਰੀ ਰੱਖਾਂਗੇ ਵਿਚਾਰ, ਇੱਕ ਦਰਸ਼ਕ ਸਾਡੇ ਨਾਲ ਜੁੜੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਥੋਂ ਬੋਲ ਰਹੇ ਹੋ ਜੀ ਆਪ ਜੀ? ਬਠਿੰਡੇ ਤੋਂ ਆਏ ਜੀ। ਠੀਕ ਹੈ ਜੀ, ਕੀ ਸਵਾਲ ਹੈ ਜੀ ਆਪ ਜੀ ਦਾ? ਹਾਂਜੀ, ਸਾਡਾ ਸਵਾਲ ਸੀ ਵੀ ਜਿਹੜੇ ਨਿਹੰਗ ਸਿੰਘ ਵੀ ਨਸ਼ਾ ਕਰਦੇ ਆ, ਭੰਗ ਪੀਂਦੇ ਆ, ਸੁੱਖਾ ਖਾਂਦੇ ਆ,
प्रीतम प्रभ मेरे मेरे वास्ते सतगुरु ने शब्द उही रखे सुख निदान कहिंदे हैगा मेरे वास्ते सुखां दा खजाना मेरा रब है ना कि कोई नशा है। हाँ ये भी गल इन्हां दा बड़ा अहम सवाल सी कुछ साडियां जिहड़े धार्मिक जथेबंदियां ने ਉਹ ਵੀ ਕਿਤੇ ਨਾ ਕਿਤੇ ਨਸ਼ੇ ਨੂੰ ਬਹੁਤ ਵੱਡੇ ਪ੍ਰਮੋਟ ਕਰਦੀਆਂ ਨੇ ਵੱਡੇ ਪੱਧਰ 'ਤੇ ਜਿੱਦਾਂ ਬਹੁਤ ਸਾਰੇ ਇੱਦਾਂ ਦੇ ਧਾਰਮਿਕ ਸਥਾਨ ਬਣਾ ਲਏ ਨੇ ਮੈਂ ਹੈਰਾਨ ਹੁੰਦਾ ਕਈ ਵਾਰੀ ਉੱਥੇ ਚੜ੍ਹਦੇ ਨਸ਼ੇ ਨੂੰ ਪ੍ਰਸ਼ਾਦ ਕਿਹਾ ਜਾਂਦਾ ਪ੍ਰਸ਼ਾਦ ਕਹਿ ਕੇ ਖਾਧਾ ਜਾਂਦਾ ਪੀਤਾ ਜਾਂਦਾ ਉਸ ਨਸ਼ੇ ਨੂੰ ਪੰਜਾਬ ਵਿੱਚ ਬਹੁਤ ਥਾਵਾਂ 'ਤੇ ਐਸੇ ਥਾਵਾਂ ਬਣੀਆਂ ਹੋਈਆਂ ਨੇ ਅਤੇ ਜਿੱਦਾਂ ਸਿੱਖ ਧਰਮ ਤੋਂ ਅਸੀਂ ਬਾਹਰ ਵੀ ਜਾਈਏ ਤਾਂ ਲਗਭਗ ਹਰ ਇੱਕ ਧਰਮ ਦੇ ਵਿੱਚ ਜਿਹੜਾ ਹੈ ਨਸ਼ੇ ਨੇ ਧਰਮ ਦਾ ਏਰੀਆ ਲੈ ਲਿਆ ਕਿ ਹਾਂਜੀ ਨਸ਼ਾ ਕਰਨਾ ਇੱਕ ਧਾਰਮਿਕ ਕੰਮ ਹੈ। ਜੀ 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 ਬਿਲਕੁਲ ਬਿਲਕੁਲ ਜਿੱਦਾਂ ਵੀਰ ਜੀ ਨੇ ਹੁਣਾਂ ਨੇ ਗੱਲ ਕੀਤੀ ਹੈ ਨਿਹੰਗ ਸਿੰਘ ਜਿਹੜੇ ਨਸ਼ੇ ਨੂੰ ਸੁੱਖ ਨਿਦਾਨ ਕਹਿ ਕੇ ਪੀ ਲੈਂਦੇ ਨੇ ਪਰ ਸਤਿਗੁਰੂ ਕਹਿੰਦੇ ਸੁੱਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਮੇਰੇ ਰੱਬ ਜੀ ਮੇਰੇ ਵਾਸਤੇ ਸੁੱਖਾਂ ਦਾ ਖਜ਼ਾਨਾ ਨਿਦਾਨ ਧੱਦੇ ਨਾਲ ਜਦੋਂ ਸ਼ਬਦ ਆਉਂਦਾ ਜਦੋਂ ਦੱਦੇ ਨਾਲ ਸ਼ਬਦ ਆਉਂਦਾ ਉਹਦਾ ਅਰਥ ਅਖੀਰ ਹੁੰਦਾ ਹੈ ਗੁਰਬਾਣੀ ਜਿੱਦਾਂ ਅਸੀਂ ਵਿਚਾਰ ਕੇ ਅਰਥਾਂ ਸਮੇਤ ਪੜਾਂਗੇ ਉਹ ਨਾਲ ਦੀ ਨਾਲ ਗੱਲ ਕਲੀਅਰ ਹੁੰਦੀ ਜਾਂਦੀ ਹੈ ਤਾਂ ਬਹੁਤ ਗਲਤ ਰੁਝਾਨ ਹੈ ਵੀਰ ਜੀ ਇਹ ਨਹੀਂ ਹੋਣਾ ਚਾਹੀਦਾ ਵੀਰ ਜੀ ਹੋਣਾ ਦਾ ਸਵਾਲ ਸੀ ਇਹ ਨਹੀਂ ਹੋਣਾ ਚਾਹੀਦਾ ਇਹ ਪਰ ਕਿਤੇ ਨਾ ਕਿਤੇ ਉਹ ਧਰਮ ਦੀ ਆੜ ਲੈ ਕੇ ਕਰੀ ਜਾ ਰਹੇ ਨੇ ਜੋ ਕਿ ਬਹੁਤ ਗਲਤ ਗੱਲ ਹੈ ਇੱਦਾਂ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ ਗੁਰਬਾਣੀ ਵਿੱਚ ਕਿਸੇ ਵੀ ਪ੍ਰਕਾਰ ਦੇ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਕਰਨ ਦਾ ਕੋਈ ਸਵਾਲ ਹੀ ਪੈਦਾ ਸਵਾਲ ਪੈਦਾ ਨਹੀਂ ਹੁੰਦਾ ਜੀ ਉਹ ਚੀਜ਼ ਸੁਰਤ 'ਤੇ ਅਸਰ ਕਰਦੀ ਸਤਿਗੁਰੂ ਨੇ ਹਰ ਇੱਕ ਚੀਜ਼ ਤੋਂ ਮਨੁੱਖ ਨੂੰ ਮਨ੍ਹਾ ਕੀਤਾ ਜੀ ਆਪ ਜੀ ਕਬੀਰ ਸਾਹਿਬ ਦਾ ਸਲੋਕ ਵੀ ਆਪ ਜੀ ਨੇ ਸ਼ੁਰੂ 'ਚ ਸੁਣਾਇਆ ਸੀ ਮੈਂ ਚਾਹਾਂਗੀ ਰਿਪੀਟ ਕਰ ਦਈਏ। ਹਾਂਜੀ ਹਾਂਜੀ ਕਬੀਰ ਭਾਂਗ ਮਾਛਲੀ ਸ਼ੁਰਾਪਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਤੇ ਸਭਿਰ ਸਤਲ ਜਾਈ ਕਿਤੇ ਸਤਿਗੁਰੂ ਨੇ ਇਹ ਵੀ ਲਿਖਿਆ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ ਤੋ ਦਰਸ਼ਨ ਕੀ ਕਰੋ ਸਮਾਈ ਮੈਂ ਦਰ ਮੰਗਤ ਪੀਖਿਆ ਪਾਏ। ਜੀ ਬਿਲਕੁਲ ਭਾਈ ਸਾਹਿਬ ਤੁਹਾਡੀ ਜਿਹੜੀ ਅਸੀਂ ਵਿਚਾਰ ਰੋਕੀ ਸੀਗੀ ਕਿ ਨਸ਼ਾ ਜਿਵੇਂ ਕਰਨ ਵੇਚਣਾ ਇੱਕ ਧੰਦਾ ਹੋਵੇ ਨਸ਼ਾ ਰੋਕਣਾ ਇੱਕ ਧੰਦਾ ਬਣਾ ਲਈਏ ਕੁਛ ਐਵੇਂ ਕਹਿ ਰਹੇ ਸੀ। ਹਾਂਜੀ ਹਾਂਜੀ ਬਹੁਤ ਸਾਰੀਆਂ ਸੰਸਥਾਵਾਂ ਮਤਲਬ ਕਿ ਨਸ਼ਾ ਰੋਕਣ ਦੇ ਨਾਮ ਤੇ ਵੀ ਇੱਕ ਲੁੱਟ ਹੋ ਰਹੀ ਹੈ ਜੀ ਜਿੱਦਾਂ ਨੌਜਵਾਨਾਂ ਨੂੰ ਬਹੁਤ ਸਾਰਿਆਂ ਨੂੰ ਰੱਖ ਲਿਆ ਜਾਂਦਾ ਹੈ ਤੇ ਉਹ ਨੌਜਵਾਨਾਂ ਨੂੰ ਰੱਖਣ ਦੇ ਲਈ ਉਹਦੇ ਬਦਲੇ ਵਿੱਚ ਪੈਸੇ 5,000-10,000 ਰੁਪਏ ਚਾਰਜ ਕੀਤਾ ਜਾਂਦਾ ਹੈ ਜੀ ਤੇ ਚਾਰ 5-5 ਮਹੀਨੇ ਨੌਜਵਾਨਾਂ ਨੂੰ ਉੱਥੇ ਰੱਖਿਆ ਜਾਂਦਾ ਹੈ ਨਸ਼ਾ ਛੁਡਾਉਣ ਵਾਸਤੇ। ਤੁਸੀਂ ਦੇਖੋ ਕਿੰਨਾ ਚਾਰਜ ਹੋ ਰਿਹਾ ਜੇ 50 ਬੱਚੇ ਰੱਖੇ ਨੇ ਇੱਕ ਬੱਚੇ ਦਾ 10,000 ਰੁਪਏ ਵੀ ਹੈ ਤੁਸੀਂ ਅੰਦਾਜ਼ਾ ਲਾਓ 50 ਬੱਚਿਆਂ ਦਾ 5,00,000 ਰੁਪਏ ਬਣਦਾ ਹੈ ਜੀ ਜਿਹੜੀ ਇੱਕ ਸੰਸਥਾ ਰੋਕਣ ਦੇ ਲਈ 5,00,000 ਰੁਪਇਆ ਇੱਕ ਮਹੀਨੇ ਦਾ ਬਣਾ ਰਹੀ ਹੈ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਰੋਕਣ ਵਾਲਿਆਂ ਨੇ ਵੀ ਕਿਤੇ ਨਾ ਕਿਤੇ ਧੰਦਾ ਬਣਾ ਲਿਆ ਤਾਂ ਇੰਨੇ ਵੱਡੇ ਪੱਧਰ 'ਤੇ ਨਹੀਂ ਹੋਣੀ ਚਾਹੀਦੀ ਉਹ ਲੁੱਟ। ਸਾਨੂੰ ਨੌਜਵਾਨਾਂ ਨੂੰ ਬੜੇ ਪਿਆਰ ਨਾਲ ਪ੍ਰੇਰ ਕੇ ਸਤਿਗੁਰੂ ਦੀ ਬਾਣੀ ਨਾਲ ਜੋੜਨਾ ਚਾਹੀਦਾ। ਇੱਦਾਂ ਨਹੀਂ ਕਰਨਾ ਚਾਹੀਦਾ ਕਿ ਜਿੱਦਾਂ ਵੇਚਣਾ ਧੰਦਾ ਹੈ ਉੱਦਾਂ ਅਸੀਂ ਰੋਕਣਾ ਵੀ ਧੰਦਾ ਬਣਾ ਲਈਏ ਜਿੱਦਾਂ ਕਿ ਅੱਜ ਬਹੁਤ ਸਾਰੀਆਂ ਸੰਸਥਾਵਾਂ ਇਹ ਕੰਮ ਨਿਰਸਵਾਰਥ ਹੋ ਕੇ ਕਰਨਾ ਚਾਹੀਦਾ ਜੀ ਸਮਾਜ ਦਾ ਭਲਾ ਸਮਾਜ ਦੀ ਭਲਾਈ ਦਾ ਕੰਮ ਹੈ ਜੀ ਬਿਲਕੁਲ ਨਿਰਸਵਾਰਥ ਹੋ ਕੇ ਸਾਨੂੰ ਇਹ ਕੰਮ ਕਰਨੇ ਪੈਣਗੇ ਜੇ ਅਸੀਂ ਸਤਿਗੁਰੂ ਦੀ ਬਾਣੀ ਮੁਤਾਬਕ ਜੀਵਨ ਜਿਉਣਾ ਚਾਹੁੰਦੇ ਹਾਂ। ਜੀ ਭਾਈ ਸਾਹਿਬ ਬਹੁਤ ਧੰਨਵਾਦ ਆਪ ਜੀ ਦਾ ਸਮਾਂ ਹੁਣ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਜੀ ਸ਼ੋਅ ਨੂੰ ਅਸੀਂ ਇੱਥੇ ਖਤਮ ਕਰਦੇ ਹਾਂ ਆਸ ਕਰਾਂਗੇ ਸਾਡੇ ਦਰਸ਼ਕਾਂ ਨੇ ਇਹਨਾਂ ਵਿਚਾਰਾਂ ਤੋਂ ਲਾਹਾ ਲਿਆ ਹੋਏਗਾ ਅਤੇ ਹਰ ਕੋਈ ਗੁਰਸਿੱਖ ਆਪਣੇ ਆਪਣੇ ਪੱਧਰ 'ਤੇ ਯਤਨ ਕਰੇਗਾ ਕਿ ਸਮਾਜ ਨੂੰ ਸੋਹਣਾ ਬਣਾਈਏ ਨਸ਼ਾ ਮੁਕਤ ਬਣਾਈਏ ਜੀ। ਬਹੁਤ ਧੰਨਵਾਦ ਆਪ ਜੀ ਦਾ ਵੀ ਹੁਣ ਸਾਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।